ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਾਦ ਸੰਵਾਦ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਪ੍ਰਸੰਨਤਾ ਹੈ, ਸਾਡੇ ਨਾਲ ਰਾਗ ਸੰਗੀਤ ਗੁਰਮਤਿ ਸੰਗੀਤ ਔਰ ਉਸ ਦੇ ਬਾਰੇ ਗੱਲ ਕਰਨ ਲਈ ਜਿਨ੍ਹਾਂ ਨੇ ਉਸ ਦੇ ਉੱਤੇ ਕਾਫੀ ਤਰੱਦਨ, ਕਿਉਂਕਿ ਇਹ ਜਿਹੜਾ ਸਰੂਪ ਜਿਹੜਾ ਨਾ ਤਾਂ ਇਹ ਸ਼੍ਰੋਮਣੀ ਕਮੇਟੀ ਨੇ ਬਣਾਇਆ, ਕਿਉਂਕਿ ਇਸ ਤੋਂ ਪਹਿਲੇ ਦੀਆਂ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਤੋਂ ਪਹਿਲੇ ਦੇ ਵੀ ਰਿਕਾਰਡ ਮੌਜੂਦ ਹੈਗੇ ਆ, ਜਿਹੜੇ ਈਵਨ ਗ੍ਰਾਮੋਫੋਨ ਦੇ ਵੀ, ਉਹਨਾਂ ਦਾ ਵੀ ਸਰੂਪ ਉਹੀ ਛੰਦਾਂ ਦਾ ਤੇ ਉਹ ਸਾਰਾ ਉਹੀ ਹੈ। ਬਿਲਕੁਲ ਨਹੀਂ ਲਾਮਾ ਸਾਹਿਬ, ਇਹ ਐਚਐਮਵੀ ਦੇ ਰਿਕਾਰਡ ਹੈਗੇ, ਉਹ 1920 ਦੇ ਹੈਗੇ ਆ, ਇਹ ਤੇ ਇਹਨਾਂ ਦਾ ਤੇ ਬਾਅਦ ਚ ਬਣੀ ਹੈ, ਐਸਜੀਪੀਸੀ ਵੀ ਬਾਅਦ ਚ ਬਣੀ ਆ, ਉਹਨਾਂ ਨੇ ਜਿਹੜੀ ਰਹਿਤ ਮਰਿਆਦਾ ਵੀ 1945 ਚ ਫਾਈਨਲਾਈਜ਼ ਕੀਤੀ। ਖੈਰ ਲਾਮਾ ਸਾਹਿਬ ਦੇਖੋ, ਹੁਣ ਸਾਰਾ ਸਮਾਜ ਜੀ ਇੱਕ ਤਰੀਕੇ ਨਾਲ ਕੰਮ ਕਰਦਾ ਜੀ। ਮੇਰਾ ਸਰੋਤ ਜਿਹੜਾ ਮੈਂ ਤੇ ਸਿੱਖ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਿੰਪਲ ਜੀ ਗੱਲ, ਮੇਰੇ ਲਈ ਸਾਰੀ ਅਧਿਆਤਮਕ ਵਿਧਾਨ ਜਿਹੜਾ ਹੈ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖਿਆ ਹੋਇਆ। ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ, ਜੇ ਤਾਂ ਉਹ ਗਲਤ ਲਿਖਿਆ ਜੀ, ਜੇ ਤਾਂ ਇਹ ਪ੍ਰਮਾਣਿਤ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗਲਤੀ ਕਰ ਦਿੱਤੀ। ਇਹ ਬੜਾ ਇੱਕ, ਮੈਨੂੰ ਲੱਗਦਾ ਕਿ ਬੜਾ ਇੱਕ ਗੰਭੀਰ ਵਿਸ਼ਾ ਹੋ ਜਾਏਗਾ ਕਿ ਜੇਕਰ ਤਾਂ ਜਿਹੜੀ ਸਾਂਝੀ ਸੋਚ ਹਮੇਸ਼ਾ ਉੱਤਮ ਮੰਨੀ ਜਾਂਦੀ ਹੈ ਨਿੱਜੀ ਸੋਚ ਤੋਂ, ਕਲੈਕਟਿਵ ਵਿਜ਼ਡਮ ਇਜ਼ ਸੁਪੀਰੀਅਰ ਟੂ ਦਾ ਇੰਡੀਵਿਜੁਅਲ ਵਿਜ਼ਡਮ, ਅਤੇ ਜੇਕਰ ਜਿਹੜੀ ਪੰਥ ਨੇ, ਅਗਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੋ ਚੀਜ਼ਾਂ, ਅਗਰ ਗੁਰੂ ਗ੍ਰੰਥ ਸਾਹਿਬ ਦਾ ਮੇਰੀ ਇੰਟਰਪ੍ਰੀਟੇਸ਼ਨ, ਮੇਰੀ ਵਿਆਖਿਆ ਕੁਛ ਵੀ ਹੋ ਸਕਦੀ ਹੈ, ਪਰ ਜਿਹੜੀ ਪੰਜ ਪਿਆਰਿਆਂ ਨੇ ਜਿਹੜੇ ਅੰਮ੍ਰਿਤ ਦਿੰਦੇ ਆ, ਜਦੋਂ ਅੰਮ੍ਰਿਤ ਦੀ ਦਾਤ ਦਿੰਦੇ ਆ, ਉਹ ਸਾਰਾ ਕੁਛ ਜਿਹੜਾ, ਪਰ ਜੇ ਮੈਂ ਖੁਦ ਉਸਦੀ ਇੰਟਰਪ੍ਰੀਟੇਸ਼ਨ ਆਪ ਕਰਨੀ ਸ਼ੁਰੂ ਕਰਦੇ ਹਾਂ, ਤੇ ਇਹ ਤਾਂ ਫਿਰ ਪੰਥ ਦੇ ਵਿੱਚ ਇੰਨੀਆਂ ਮੇਰੇ ਖਿਆਲ ਵੱਡੀਆਂ ਪੈ ਜਾਣਗੀਆਂ। ਜਦੋਂ ਲੰਬੇ ਲੰਬੇ ਸਾਹਿਬ ਦੇਖੋ, ਜਿੱਥੇ ਤੱਕ ਆਏਗਾ ਬਾਣੀ ਦਾ ਸਵਾਲ, ਨਹੀਂ ਬਾਣੀ ਵਿੱਚ ਵੀ ਹੈਗਾ ਬਾਣੀ ਦਾ ਸਰੂਪ ਜਿਹੜਾ, ਜਿਸ ਤਰ੍ਹਾਂ ਹੁਣ ਅੰਮ੍ਰਿਤ ਵਿੱਚ ਕਿ ਨਿਤਨੇਮ ਵਿੱਚ ਰਹਿਰਾਸ ਕਿਵੇਂ ਕਰਨੀ ਹੈ, ਹਾਂਜੀ ਇਹ ਹੁਣ ਅੱਜ ਮੈਂ ਆਪਣੀ ਫਿਰ ਵੱਖਰੀ ਬਣਾ ਲਵਾਂ, ਕੋਈ ਹੋਰ ਵੱਖਰੀ ਬਣਾ ਲਵੇ, ਤੀਸਰਾ ਕੁਛ ਹੋਰ ਬਣਾ ਲਵੇ, ਇਹ ਤਾਂ ਫਿਰ ਪੰਥ ਦੇ ਵਿੱਚ ਵੱਡੀਆਂ। ਦੇਖੋ ਜੀ, ਇਹ ਤਾਂ ਇੰਡੀਵਿਜੁਅਲ ਸੋਚ, ਜੇ ਆਪਾਂ ਇਸੇ ਮਸਲੇ ਨੂੰ ਸਾਂਝੀ ਸੋਚ ਨੂੰ ਨਹੀਂ ਅਸੀਂ ਪ੍ਰਵਾਨ ਕਰਾਂਗੇ, ਜਿੱਥੇ ਸਾਂਝੀ ਸੋਚ ਹੋ ਨਿੱਜੀ ਸੋਚ ਹੋਏਗੀ ਕਿਹੜੀ ਅਸੀਂ ਲਾਂਬਾ ਸਾਹਿਬ। ਲੈਟ ਮੀ ਐਕਸਪਲੇਨ ਇਟ, ਹਾਂਜੀ ਪਲੀਜ਼। ਦ ਥਿੰਗ ਇਜ਼, ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਹੋਇਆ ਜੀ, ਉਹਨੂੰ ਬਦਲਣ ਦੀ ਕੋਈ ਸਾਂਝੀ ਤੇ ਕੋਈ ਇੰਡੀਵਿਜੁਅਲ ਸੋਚ ਕੰਮ ਨਹੀਂ ਕਰਿਆ। ਦੇਖੋ ਬਦਲ ਰਹੇ ਹੋ, ਆਸਾ ਕੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਦਾਂ ਲਿਖੀ ਹੋਈ, ਕਿਹਨੇ ਅਥਾਰਿਟੀ ਦਿੱਤੀ ਤੇ ਕਿਹਨੂੰ ਅਥਾਰਿਟੀ ਦਿੱਤੀ, ਕੱਲੇ ਕੱਲੇ ਛੰਤ ਨੂੰ ਜੀ, ਕੱਲਾ ਕੱਲਾ ਕਰਕੇ, ਇਹ ਪੰਥਕ ਪ੍ਰਮਾਣਿਤ ਨਹੀਂ ਹੈ ਜੀ, ਇਹ ਤੇ ਇੱਕ ਚੱਲ ਦਾ ਆ ਰਿਹਾ ਕੰਮ ਸੰਪਰਦਾਵਾਂ ਵੱਲੋਂ, ਹਾਂਜੀ ਜਿਹੜੀਆਂ ਸੰਪਰਦਾਵਾਂ ਸ਼ਾਇਦ ਕਿਸੇ ਵੇਲੇ ਥੋੜ੍ਹਾ ਬਹੁਤ ਸਾਂਭਿਆ ਜਾਂ ਕਿਸੇ ਵੇਲੇ ਥੋੜ੍ਹੀ ਜਿਹੀ ਢੋ, ਉਹਨਾਂ ਨੇ ਵੀ ਆਪਣੇ ਮਿਸ਼ਨ ਨੂੰ ਜਿਹੜੀ ਸਿੱਖੀ ਜਿਹੜੀ ਸੀ ਜੀ, ਸਿੱਖੀ ਸਿੱਖਿਆ ਰਹਿਤ ਮਰਿਆਦਾ ਦਾ ਮਸਲਾ ਜਿਹੜਾ ਉਹ ਆਸਾ ਦੀ ਵਾਰ ਦੇ ਨਾਲ ਆਪਾਂ ਇਹਦੇ ਬਾਰੇ ਵੀ ਗੱਲ ਕਰਾਂਗੇ, ਪਰ ਆਸਾ ਕੀ ਵਾਰ ਤੇ ਰਹਿਤ ਮਰਿਆਦਾ ਤੇ ਕੋਈ ਮਸਲਾ ਹੀ ਨਹੀਂ ਹੈ। ਆਸਾ ਕੀ ਵਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖੀ ਹੋਈ ਹੈ, ਜਿੱਦਾਂ ਆਸਾ ਕੀ ਵਾਰ ਉਹਦੇ ਬਾਅਦ ਚ ਲਿਖਿਆ ਵੀ ਹੈ ਸ਼ੁੱਧ ਜੀ, ਵੀ ਸ਼ੁੱਧ ਰੂਪ ਆ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੇ ਕੋਈ ਪਰੰਪਰਾ ਹੁੰਦੀ ਤੇ ਉੱਤੇ ਐਡਿਟ, ਜੇ ਉਹ ਟੁੰਡੇ ਅਸਰਾਜੇ ਕੀ ਧੁਨੀ ਲਿਖ ਸਕਦੇ ਨੇ ਤਾਂ ਉੱਪਰ ਛਾਂਤਾਂ ਨੂੰ ਵੀ ਉਸ ਤਰੀਕੇ ਨਾਲ ਕਰ ਸਕਦੇ ਸੀ, ਜੇ ਉਹਨਾਂ ਬਾਕੀ ਦੇ ਬਾਣੀ ਚੇਂਜ ਕੀਤੀ ਤੇ ਇੱਦਾਂ ਵੀ ਕਰ ਸਕਦੇ, ਪਰ ਕਿਉਂਕਿ ਹੁਣ ਚੱਲਦਾ ਆ ਰਿਹਾ ਤੇ ਚਲਾਈ ਚੱਲੋ ਤੇ ਇਹ ਤਾਂ ਕੋਈ ਗੱਲ ਹੀ ਨਾ ਹੋਈ। ਹੁਣ ਮੈਂ ਸਮਾਜਿਕ ਪ੍ਰੈਸ਼ਰ ਦੇ ਥੱਲੇ ਆਪਣਾ ਅਧਿਆਤਮਕ ਜੀਵਨ ਖਤਮ ਕਰ ਲਵਾਂ, ਇਹ ਤਾਂ ਕੋਈ ਗੱਲ ਹੀ ਨਾ ਹੋਈ। ਨਹੀਂ, ਇਹ ਤੁਹਾਡੀ ਸੋਚ ਹੈ, ਤੁਹਾਡੀ ਸੋਚ ਨਾਲ ਹੋਰ ਵੀ ਕੋਈ ਸਹਿਮਤ ਨਹੀਂ। ਮੈਂ ਦੇਖੋ ਜੀ, ਮੈਂ ਕਿਸੇ ਨੂੰ ਕਦੀ ਆਪਣੀ ਗੱਲ ਇੰਪੋਜ਼ ਨਹੀਂ ਕੀਤੀ। ਨਹੀਂ ਨਹੀਂ, ਇੰਪੋਜ਼ ਤੇ ਦੇਖੋ ਇਦਾਂ ਹੁੰਦਾ ਨਾ ਪ੍ਰੋਫੈਸਰ ਸਾਹਿਬ, ਕਿ ਇੱਕ ਮਤਲਬ ਜਿਹੜਾ ਫਿਰ ਗੁਰੂ ਗ੍ਰੰਥ ਤੇ ਗੁਰੂ ਪੰਥ ਦਾ ਫਿਰ ਕੀ ਤਸੱਵਰ ਹੈ? ਦੇਖੋ ਜੀ, ਤਸੱਵਰ ਇੱਕ ਗੁਰੂ ਪੰਥ ਇੱਕ ਸੋਸ਼ਲ ਅਥਾਰਟੀ ਹੈ ਸਾਡੀ, ਨਹੀਂ ਗੁਰੂ ਪੰਥ, ਗੁਰੂ ਜਿਹੜਾ ਇਹ ਅਧਿਆਤਮਕ ਇੱਕ ਸਾਡੇ ਅੱਗੇ ਗੁਰੂ ਸਾਹਿਬ ਨੇ ਜਿਹੜਾ ਪੰਜ ਪਿਆਰਿਆਂ ਨੂੰ ਦਿੱਤਾ ਗੁਰੂ ਗ੍ਰੰਥ ਤੇ ਗੁਰੂ ਪੰਥ, ਇਹ ਇੱਕ ਅਧਿਆਤਮਕ ਹੈ ਕਿ ਜਿਹੜੇ ਪੰਜ ਸਾਨੂੰ ਸਤਿਗੁਰੂ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨ ਦੀ ਸਿੱਖਿਆ ਦਿੱਖਿਆ ਦਿੰਦੇ ਨੇ ਜੀ। ਹਾਂਜੀ, ਉਹ ਜਿਵੇਂ ਤੁਸੀਂ ਹੁਣੇ ਮੇਰੇ ਨਾਲ ਗੱਲ ਕੀਤੀ ਮਾਧਿਅਮ ਹੈ ਜੀ, ਪਰ ਜੋੜਦੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਆਪਣੇ ਨਾਲ ਨਹੀਂ ਜੋੜਦੇ ਜੀ।
ਤੇ ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਹੀ ਪੰਚ ਸਾਰਾ ਕੰਮ ਕਰਦੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਉੱਪਰ ਬੈਠ ਕੇ ਨਹੀਂ ਕਰਦੇ। ਅੱਛਾ, ਪੂਰੀ ਦੁਨੀਆ 'ਚ ਕਿਧਰੇ ਕੋਈ ਜਿਹੜਾ ਤੁਹਾਡਾ ਕਹਿਣਾ ਹੈ ਕਿ ਹਰਿਮੰਦਰ ਸਾਹਿਬ ਵਿੱਚ ਵੀ ਹਜ਼ੂਰ ਸਾਹਿਬ ਸਾਰੀ ਜਗ੍ਹਾ ਹਰ ਥਾਂ 'ਤੇ, ਬਲਕਿ ਜਿੱਥੇ ਜਿੱਥੇ ਗੁਰਦੁਆਰਾ ਹੈ, ਜਿੱਥੇ ਵੀ ਉਹ ਨਿਤਨੇਮ ਦੀ ਮਰਿਆਦਾ ਕਰ ਰਹੇ ਹੈ, ਉਹ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ, ਸਾਰਾ ਗਲਤ ਹੋ ਗਿਆ? ਮੈਂ ਦੇਖੋ, ਮੈਂ ਬਿਲਕੁਲ ਇਹ ਅੱਖਰ ਨਹੀਂ ਵਰਤਿਆ, ਨਹੀਂ ਮਤਲਬ ਉਹਦੇ ਮੁਤਾਬਕ ਨਹੀਂ ਹੋ ਰਿਹਾ ਗੁਰੂ ਗ੍ਰੰਥ ਸਾਹਿਬ। ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜਾਂਗੇ, ਜੀ ਜੀ ਮੈਂ ਸਮਝ ਗਿਆ, ਉਹ ਜੇ ਬਹੁਤ ਪ੍ਰੀਤ ਹੈ ਤੇ ਫਿਰ ਖੁਦ ਖੁਦ ਬਦਲਾਵ ਆ, ਉਹਦੇ ਮੁਤਾਬਕ ਨਹੀਂ ਹੋ ਰਿਹਾ, ਨਹੀਂ ਹੋ ਰਿਹਾ। ਸੋ ਇਹਦਾ ਮਤਲਬ ਕਿਧਰੇ ਤੁਸੀਂ ਉਸ ਨੂੰ ਆਪਣੀ ਕੋਈ ਸੰਪਰਦਾ ਬਣਾ ਕੇ ਲਾਗੂ ਕਰੋ? ਸਾਡੀ ਕੋਈ ਸੰਪਰਦਾ ਨਹੀਂ ਬੇਸਿਕਲੀ। ਚਲੋ ਇੱਕ ਨਈ ਸੰਪਰਦਾ, ਇੱਕ ਸਿੱਖਾਂ ਦੀ ਸੰਪਰਦਾ, ਇੱਕ ਇਹੋ ਜੀ ਹੈ। ਬੜਾ ਸੋਹਣਾ ਕਿਸੇ ਨੇ ਕਿਹਾ ਸੀ, ਕੋਈ ਵੀ ਜਿਹੜਾ ਹੈ ਨਾ, ਕੋਈ ਫਿਲਾਸਫੀ ਨਹੀਂ ਹੋਣੀ ਚਾਹੀਦੀ, ਕਹਿੰਦਾ ਇਹ ਤੇਰੀ ਫਿਲਾਸਫੀ ਬੜੀ ਵਧੀਆ। ਸੋ ਤੁਹਾਡੀ ਇਹ ਇੱਕ ਵੱਖਰੀ ਸੰਪਰਦਾ ਹੈ ਕਿ ਸਾਰੀਆਂ ਸੰਪਰਦਾਵਾਂ? ਨਹੀਂ ਜੀ, ਸਾਰੀ ਗੱਲ ਮੇਰੇ ਖਿਆਲ 'ਚ ਸਾਨੂੰ ਸਭ ਕੁਛ ਜਿਹੜਾ ਹੈਗਾ ਉਹ ਇਹ 'ਤੇ ਚਿੰਤਾ ਨਹੀਂ ਕਰਨੀ ਚਾਹੀਦੀ, ਸਿਰਫ ਇੱਕ ਖਿਆਲ ਕਰਨਾ ਚਾਹੀਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਤੇ ਇਹਦਾ ਮਤਲਬ ਹਰਿਮੰਦਰ ਸਾਹਿਬ ਦਾ ਕੀਰਤਨ ਵੀ ਨਹੀਂ ਸੁਣਨਾ ਚਾਹੀਦਾ, ਗਲਤ ਹੋ ਜਾਏਗਾ ਸਾਰਾ, ਕਿਉਂਕਿ ਜੇ ਗਲਤ ਚੀਜ਼ ਪ੍ਰਚਾਰ ਹੋ ਰਹੀ ਹੈ। ਇਹ ਬੜਾ ਗੰਭੀਰ, ਮੈਂ ਬਤੌਰੇ ਸਿੱਖ ਦੇ ਮੈਨੂੰ ਬੜੀ ਹੁਣ ਫਿਕਰ ਲੱਗ ਗਈ। ਕੋਈ ਗੰਭੀਰ ਨਹੀਂ ਹੈ, ਤੁਹਾਨੂੰ ਸੁਣਾ ਕਿ ਅਕਾਲ ਤਖਤ ਨੂੰ ਸੁਣਾ ਕਿ ਗੁਰੂ ਗ੍ਰੰਥ ਸਾਹਿਬ? ਲਾਂਬਾ ਸਾਹਿਬ ਕੋਈ ਗੰਭੀਰ ਨਹੀਂ ਹੈ, ਅਕਾਲ ਤਖਤ ਨੇ ਇਸ ਗੱਲ ਨੂੰ ਇਸ਼ੂ ਕਰ ਦਿੱਤਾ ਰਾਈਟਿੰਗ ਦੇ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੀਰਤਨ ਦਾ ਜਿਹੜਾ ਵਿਧਾਨ ਹੈ ਉਹ ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਿਰਧਾਰਿਤ ਹੈ ਉਦਾਂ ਹੀ, ਜੇ ਹੁਣ ਨਹੀਂ ਹੁੰਦਾ ਉਸ ਤਰ੍ਹਾਂ, ਚਾਹੇ ਉਹ ਦਰਬਾਰ ਸਾਹਿਬ ਤੋਂ ਹੋ ਰਿਹਾ ਚਾਹੇ ਕਿਤੇ ਉਹ ਵੀ ਹੋ ਰਿਹਾ, ਉਹਦਾ ਫੈਸਲਾ ਤੁਹਾਨੂੰ ਕਰਨਾ ਕੀ ਸੁਣਨਾ ਕੀ ਨਹੀਂ। ਮਤਲਬ ਵਿੱਚ ਅਗਰ ਸ਼ਬਦ ਵਿੱਚ ਪਾਏ ਜਾਣ, ਵਿੱਚ ਗਾਏ ਜਾਣ, ਅਗਰ ਕੀਤੇ ਜਾਣ ਉਹਦੇ ਨਾਲ, ਤੇ ਕੀ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ ਉਹ ਵਿੱਚ? ਇਹਦਾ ਮਤਲਬ ਜੇ ਉੱਥੇ ਕੋਈ ਹੋਰ ਸ਼ਬਦ ਵੀ ਨਹੀਂ ਪੜਨਾ ਚਾਹੀਦਾ ਕੀ ਵਾਰ? ਦੇਖੋ ਅਸੀਂ ਮੈਂ ਵਾਰ ਵਾਰ ਇਹ ਗੱਲ ਕਹਿ ਰਹੇ ਹਾਂ, ਜਿਸ ਤਰ੍ਹਾਂ ਜਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗਲਤ ਨੇ ਤੇ ਉਹਦੇ 'ਚ ਸੁਧਾਈ ਦੀ ਲੋੜ ਹੈ, ਤੇ ਸਾਡੇ ਕੋਲ ਇਹੋ ਜਿਹੇ ਵਿਦਵਾਨ ਹਨ ਜਿਵੇਂ ਅਸੀਂ ਅਰਦਾਸ ਕਰੀ ਦੀ ਹੈ, ਤੂੰ ਠਾਕੁਰ ਤੋਂ ਪਏ ਅਰਦਾਸ, ਹਾਲਾਂ ਇਹ ਸੁਖਮਨੀ ਸਾਹਿਬ ਦੇ ਵਿੱਚੋਂ ਇੱਕ ਲੈ ਲਿਆ, ਹੁਣ ਇਹ ਵੀ ਕਿਤੇ ਲਿਖਿਆ ਤੇ? ਦੇਖੋ ਜੀ, ਹੁਣ ਤੁਸੀਂ ਕਹਿੰਦੇ ਹੋ ਤੂੰ ਠਾਕੁਰ ਤੁਮ ਪਏ ਅਰਦਾਸ, ਐਕਚੁਅਲੀ ਉਹ ਗੌੜੀ 'ਚ ਲਿਖਿਆ ਹੋਇਆ ਤੇ ਗਾਉਂਦੇ ਸੀ ਕਾਲਾ ਡੋਰੀਆ ਕੁੰਡੇ ਨਾਲ ਲੜਿਆ ਹੋ, ਇਹ ਤਾਂ ਬੜੀ ਮਾੜੀ ਗੱਲ ਹੋ ਗਈ ਲਾਂਬਾ ਸਾਹਿਬ। ਤੁਸੀਂ ਕਾਲਾ ਡੋਰੀਆ ਗਾ ਰਹੇ ਹੋ, ਉੱਥੇ ਸਤਿਗੁਰੂ ਨੇ ਗੌੜੀ ਲਿਖਿਆ ਤੇ ਨਾਲੇ ਉੱਥੇ ਸ਼ਬਦ ਲਾਉਣ ਦੀ ਲੋੜ ਹੀ ਅਰਦਾਸ ਦੀ ਗੱਲ ਕਰ? ਹਾਂਜੀ, ਅਰਦਾਸ 'ਚ ਹੀ ਸਾਰੀ ਸੰਗਤ ਆਪਾਂ ਖੜ ਕੇ ਇਹੀ ਕਹਿੰਦੇ ਤੂੰ ਠਾਕਰ ਤੁਮ ਪਹਿ ਅਰਦਾਸ, ਉਹਦੀ ਵੀ ਲੋੜ ਨਹੀਂ। ਜਿਹੜਾ ਮੇਰਾ ਮਕਸਦ ਹੀ ਇਹੀ ਹੈ, ਮਕਸਦ ਵੀ ਇਹੀ ਹੈ ਕਿ ਜੋ ਜੀ ਹੋਏ ਸੋ ਗਵੇ ਮੂੰਹ ਕਾ ਕਿਹਾ ਵਾ, ਜੋ ਹੈਗਾ ਬੰਦਾ ਉਹ ਭੁਲੇਖੇ 'ਚ ਨਾ ਰਹੇ। ਲਾਂਬਾ ਸਾਹਿਬ ਜਿਹੜੀ ਹੁਣ ਮੇਰੀ ਗੱਲ ਨਾ ਵਿਸਰ ਜਾਏ ਜੀ, ਉਹ ਜਦੋਂ ਆਪਾਂ ਇਹ ਪੜ੍ਹਦੇ ਹਾਂ ਨਾ ਤੂੰ ਠਾਕੁਰ ਤੁਮ ਪਹਿਰ, ਐਕਚੁਅਲੀ ਪਿੱਛੇ ਜਿਹੜੀ ਧੁਨ ਵੱਜ ਰਹੀ ਹੈ ਉਹ ਹੈ ਕਾਲਾ ਡੋਰੀਆ ਕੁੰਡੇ ਨਾਲ। ਹੁਣ ਇਸ ਤਰ੍ਹਾਂ ਤਾਂ ਨਹੀਂ ਪੜ੍ਹਦੇ? ਦੇਖੋ ਜੀ, ਸਾਰੀ 99% ਜਿਹੜਾ ਹੈ ਅਰਦਾਸ ਤੋਂ ਪਹਿਲਾਂ ਲਾਂਬਾ ਸਾਹਿਬ ਇਸੇ ਹੀ ਧੁਨ ਨੂੰ ਵਜਾਇਆ ਜਾਂਦਾ ਹੈ ਤੇ ਇਹ ਕੋਈ 50ਵਿਆਂ ਤੋਂ ਪੁਰਾਣੀ ਧੁਨ ਨਹੀਂ ਹੈ। ਅਰਦਾਸ ਕਰਨੀ ਸਤਿਗੁਰੂ ਮਹਾਰਾਜ ਨੇ ਵਿਧਾਨ ਦੇ ਦਿੱਤਾ ਹੈ, ਅਕਾਲ ਤਖ਼ਤ ਨੇ ਲਿਖ ਦਿੱਤਾ ਹੈ ਮਰਿਆਦਾ 'ਚ ਇਸ ਤਰੀਕੇ ਨਾਲ ਆਹ ਅਰਦਾਸ ਦਾ ਵਿਧਾਨ ਹੈ, ਉਹਦੇ 'ਤੇ ਆਹ ਕਰ ਲਓ ਕਰ ਲਓ, ਇਹ ਤਾਂ ਅਸੀਂ ਆਪ ਹੀ ਬਾਅਦ 'ਚ ਬਣਾਇਆ। ਉਹਨਾਂ ਨੇ ਤਾਂ ਇਹ ਲਿਖਿਆ ਜਿਹੜਾ ਉਹਦੇ ਵਿੱਚ ਬੜਾ ਸਪਸ਼ਟ ਲਿਖ ਦਿੱਤਾ ਹੈ ਕਿ ਵਾਰ ਸ੍ਰੀ ਭਗਵਤੀ ਜੀ ਕੀ ਅਤੇ ਅਖੀਰਲੇ ਸ਼ਬਦ ਜਿਹੜੇ ਨਾਨਕ ਨਾਮ ਚੜ੍ਹਦੀ ਕਲਾ, ਇਹ ਦੋ ਨਹੀਂ ਤਬਦੀਲ ਹੋ ਸਕਦੇ, ਬਾਕੀ ਪੰਥ ਬੜੀ ਸੰਗਤ ਹੈ ਆਪਣੇ ਉਹਦੇ ਮੁਤਾਬਕ। ਫਿਰ ਤਾਂ ਉਦੋਂ ਪਹਿਲਾਂ ਸਹਿਜ ਪਾਠ ਵੀ ਕਰ ਲੈਣਾ ਚਾਹੀਦਾ। ਹਾਂਜੀ, ਜੋ ਮਤਲਬ ਉਹਦੇ ਜਿਸ ਤਰ੍ਹਾਂ ਹੁਣ ਅਰਦਾਸ ਕਰਨੀ ਹੈ, ਕਿਹੜਾ ਸ਼ਬਦ ਪੜ੍ਹਨਾ ਹੈ, ਨਹੀਂ ਕਰਨਾ, ਹੁਣ ਅੱਗੋਂ ਕਰਦਾ। ਲਾਂਬਾ ਸਾਹਿਬ ਤੁਸੀਂ ਮੇਰੀ ਗੱਲ ਨਾਲ ਅਗਰੀ ਕਰ ਰਹੇ ਹੋ ਕਿ ਡਿਸਐਗਰੀ? ਮੈਂ ਇੱਕ ਸਿਰਫ ਇੱਕ ਸਵਾਲ ਪੁੱਛਣਾ ਜੀ, ਗੌੜੀ ਸੁਖਮਨੀ ਮਹਿਲਾ ਪੰਜਵਾਂ ਜੀ ਸਲੋਕ ਜੀ ਨੂੰ ਢਾ ਕੇ ਜੀ ਕੁਛ ਹੋਰ ਲਿਖਿਆ ਜਾ ਸਕਦਾ ਕਿ ਨਹੀਂ? ਨਹੀਂ, ਮੈਂ ਨਹੀਂ ਕਹਿ ਰਿਹਾ, ਛੋਟਾ ਜਿਹਾ ਸਵਾਲ ਹੈ ਕਿ ਕਰ ਸਕਦੇ ਕਿ ਨਹੀਂ? ਉਹ ਹੋਣਾ ਚਾਹੀਦਾ, ਉਹ ਇਹੀ ਮੈਂ ਕਹਿ ਰਿਹਾ ਹਾਂ। ਪਰ ਜਿਹੜੇ ਅਗਰ ਸ਼ਬਦ ਹੁਣ ਅਗਰ ਅੱਜ ਤੁਸੀਂ ਵੀ ਗੁਰਬਾਣੀ ਨੂੰ ਕੋਟ ਕਰਦੇ ਹੋ, ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੁਸੀਂ ਵੀ ਅਗਰ ਕਿਸੇ ਸ਼ਬਦ ਦਾ ਉਦਾਹਰਣ ਦਿੰਦੇ ਹੋ ਤਾਂ ਉਹ ਤੁਸੀਂ ਸਹਿਜ ਆਪਣੇ ਸ਼ਬਦ ਪੜ੍ਹੋਗੇ, ਜਿਵੇਂ ਤੁਸੀਂ ਹੁਣੇ ਕੋਈ ਗੁਰਬਾਣੀ ਦੀ ਤੁੱਕ ਕੋਈ ਦੱਸਦੇ ਹੋ, ਇਹ ਤਰੀਕ ਉਹਨੂੰ ਵੀ ਅਸੀਂ ਹੁਣ ਉਸੇ ਰਾਗ 'ਚ ਗਾ ਕੇ ਗੱਲ ਕਰੀਏ? ਦੇਖੋ ਜੀ, ਜਦੋਂ ਤਾਂ ਉਹਨੂੰ ਰਿਹਾ ਵਿੱਚ ਲੈ ਕੇ ਆਉਣਾ ਜੀ,
ਰਾਗ ਦਾ ਮਤਲਬ ਸਿਰਫ ਗਾਉਣਾ ਹੀ ਨਹੀਂ ਹੈ ਜੀ। ਹਾਂਜੀ ਨਹੀਂ, ਜਿਵੇਂ ਅਰਦਾਸ ਵਿੱਚ ਤੁਸੀਂ ਕਹਿੰਦੇ ਹੋ ਨਾ, ਅਰਦਾਸ ਵਿੱਚ ਉਹਨੇ ਗਾਇਨ ਤੇ ਨਹੀਂ ਕਰਨਾ, ਉਹਨੇ ਤੇ ਉਹ ਪੜ੍ਹਨਾ। ਦੇਖੋ ਜੀ ਤੂੰ ਠਾਕੁਰ, ਯਾਨੀ ਉਸ ਨੂੰ ਅਸੀਂ ਪੜ ਵੀ ਸਕਦੇ ਆ, ਗਾ ਵੀ ਸਕਦੇ ਆ। ਇਹ ਪੜਿਆ ਨਹੀਂ ਜੀ, ਇਹ ਤੂੰ ਠਾਕੁਰ ਤੁਮ ਪਹਿ ਅਰਦਾਸ ਇਦਾਂ ਨਹੀਂ ਹੋਇਆ। ਜਦੋਂ ਉੱਥੇ ਹਰੇਕ ਵਾਰੀ ਬਾਰ ਬਾਰ ਇੱਕੋ ਹੀ ਧੁਨ ਵਜਾਈ ਜਾ ਰਹੀ, ਤੂੰ ਠਾਕੁਰ ਤੁਮ ਪਹਿ ਅਰਦਾਸ। ਹੁਣ ਇਹ ਇਹ ਮਿਊਜ਼ੀਕਲ ਫਰੇਮਵਰਕ ਹੈ ਜੀ ਜੀ। ਲਾਂਬਾ ਸਾਹਿਬ, ਅੱਜ ਵੀ ਕਾਂਟ ਜਸਟ ਗੈਟ ਯੂ ਨੋ ਨੈਗੇਟਿਵ ਐਂਡ ਪੋਜ਼ਿਟਿਵ ਐਟ ਸੇਮ ਟਾਈਮ। ਸਾਰੀਆਂ ਗੱਲਾਂ ਦਾ ਇੱਕ ਬਹੁਤ ਹੀ ਸੁਖਾਵਾਂ ਜਿਹਾ ਹੱਲ ਹੈ ਜੀ, ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਦੇਖੋ ਇਹ ਤਾਂ ਨਾ ਹਰ ਕੋਈ, ਮੈਂ ਜਿਹੜਾ ਬੜਾ ਸਪਸ਼ਟ ਕਰਾਂ, ਹਰ ਕੋਈ ਹਵਾਲਾ ਗੁਰੂ ਗ੍ਰੰਥ ਸਾਹਿਬ ਦਾ ਦਏਗਾ, ਠੀਕ ਹੈ ਜੀ। ਭਾਵੇਂ ਉਹ ਕੋਈ ਵੀ ਨਿਤਨੇਮ ਦੀ ਹੋਏ ਗੱਲ, ਕਿਸੇ ਦੀ ਮਰਿਆਦਾ ਦੀ ਗੱਲ ਹੋਏ, ਰਹਿਤ ਦੀ ਹੋਏ, ਰਹਿਣੀ ਦੀ ਹੋਏ, ਹਰ ਕੋਈ ਉਹਦੇ ਹਵਾਲੇ ਦਏਗਾ। ਪਰ ਹਰ ਚੀਜ਼ ਜਿਹੜੀ ਹੈਗੀ ਹੈ ਉਹ ਉਹਦੀ ਆਪਣੀ ਇੰਟਰਪ੍ਰੀਟੇਸ਼ਨ, ਉਹਦੀ ਆਪਣੀ ਸੋਚ ਹੁੰਦੀ ਹੈ। ਇਸ ਕਰਕੇ ਜਿਹੜਾ ਅੰਤਮ ਨਿਰਣਾ ਹੈ, ਉਹਦਾ ਫੈਸਲਾ ਕਿਹਨੇ ਕਰਨਾ, ਉਹ ਗੁਰੂ ਪੰਥ ਨੇ ਕਰਨਾ। ਉਸ ਗੱਲਾਂ ਤੇ ਜਿਹੜੀਆਂ ਗੱਲਾਂ ਦਾ ਹਵਾਲਾ ਹੀ ਹੈ ਨਾ, ਨਹੀਂ ਪਰ ਉਹਦੇ ਤੇ ਨਿਰਣਾ ਕੀਤਾ ਜਾ ਸਕਦਾ। ਨਿਰਣਾ ਕੌਣ ਕਰੇਗਾ? ਉਹ ਤੇ ਪੰਥ ਨਿਰਣਾ ਕਰ ਸਕਦੇ ਜਿਹੜਾ ਹਵਾਲਾ ਹੈ। ਇੱਕ ਚੀਜ਼ ਬੜੀ ਸਿੰਪਲ ਹੋਊਗੀ, ਬੜੀ ਸਿੰਪਲ। ਤੁਸੀਂ ਕਹਿੰਦੇ ਹੋ ਕਿ ਇਹ ਜਿਹੜਾ ਅਰਦਾਸ ਦੀ ਪਹਿਲੀ ਤੂੰ ਠਾਕੁਰ ਵਾਲੀ ਹੋ ਗਈ, ਆਸਾ ਦੀ ਵਾਰ ਹੋ ਗਈ ਜਾਂ ਹੋਰ ਹੋ ਗਿਆ, ਇਹ ਜਿਹੜਾ ਪੰਥ ਨੇ ਪ੍ਰਵਾਨ ਕੀਤਾ ਹੋਇਆ ਗੁਰੂ ਪੰਥ ਨੇ, ਮੈਂ ਤਾਂ ਗੁਰੂ ਪੰਥ ਕਹਾਂਗਾ, ਉਹ ਗਲਤ ਹੈ। ਅਤੇ ਹੁਣ ਤੁਸੀਂ ਤੁਹਾਡਾ ਆਪਣਾ ਵਿਚਾਰ, ਆਮ ਸਿੱਖ ਕੀ ਕਰੇ, ਉਹ ਫਿਰ ਆਪਣਾ ਫੈਸਲਾ ਖੁਦ ਕਰੇ ਕਿ ਕਲੈਕਟਿਵਲੀ ਫੈਸਲੇ ਨੂੰ ਮੰਨੇ। ਲਾਂਬਾ ਸਾਹਿਬ, ਮੇਰਾ ਆਪਣਾ ਕੋਈ ਵਿਚਾਰ ਨਹੀਂ ਜੀ, ਪਹਿਲੀ ਤਾਂ ਇੱਕ ਗੱਲ ਨਹੀਂ, ਵਿਚਾਰ ਹੈ ਜੇ ਕਿਉਂਕਿ ਹੋਰ ਕੋਈ ਤੁਹਾਡੇ ਵਿਚਾਰਾਂ ਦਾ ਸਹਿਮਤ ਨਹੀਂ ਮਿਲਿਆ ਤਾਂ ਤੁਹਾਡੇ ਵਿਚਾਰ ਹੈ, ਤੁਹਾਡੇ ਵਿਚਾਰ ਹੈ ਨਾ। ਦੇਖੋ ਮੈਂ ਤੇ ਇਹ ਸਿੰਪਲ, ਤੁਸੀਂ ਉਹਨੂੰ ਓਨ ਤੇ ਕਰੋ ਨਾ, ਤੁਸੀਂ ਉਹਨੂੰ ਡਿਸਓਨ ਕਿਉਂ ਕਰ ਰਹੇ ਹੋ? ਮੈਂ ਸਿਰਫ ਇਹ ਕਹ ਰਿਹਾ ਇਹ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਤੁਹਾਡੇ ਵਿਚਾਰ ਹੈ, ਕਿਸੇ ਹੋਰ ਦੇ ਤੇ ਨਹੀਂ। ਜੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਨਾ ਲਿਖਿਆ ਹੁੰਦਾ ਤੇ ਮੈਂ ਇਦਾਂ ਕਹਿ ਰਿਹਾ ਤੇ ਫਿਰ ਮੇਰੇ ਵਿਚਾਰ ਹੁੰਦੇ। ਤੁਸੀਂ ਲੋਇਰ ਹੋ, ਦੇਖੋ ਮੈਂ ਲੋਇਰ ਦੀ ਗੱਲ ਨਹੀਂ ਹੈਗੀ, ਸਵਾਲ ਤੇ ਬੜਾ ਸਿੰਪਲ ਹੋ ਗਿਆ, ਮੈਂ ਤਾਂ ਸਵਾਲ ਹੀ ਬੜਾ ਸਿੱਧਾ ਜਿਹਾ ਸੀਗਾ, ਕਿਉਂਕਿ ਉਹ ਗੱਲ ਦਾ ਤੁਸੀਂ ਹਵਾਲਾ ਦਿੱਤਾ ਕਿ ਇੱਕ ਬੜੀ ਵੱਡੀ ਦੁਬਿਧਾ ਹੋ ਗਈ। ਫਿਰ ਤੇ ਜਿੱਥੇ ਵੀ ਗੁਰਦੁਆਰੇ ਚੋਂ, ਕਿਸੇ ਵੀ ਗੁਰੂ ਘਰ ਦੇ ਵਿੱਚੋਂ, ਕਿਸੇ ਗੁਰਦੁਆਰਾ ਸਾਹਿਬ ਚੋਂ, ਭਾਵੇਂ ਇੱਥੇ ਇੰਗਲੈਂਡ ਵਿੱਚ, ਅਮਰੀਕਾ ਵਿੱਚ, ਪਿੰਡ ਵਿੱਚ, ਕਿਸੇ ਚੋਂ, ਜਿੱਥੇ ਵੀ ਕੀਰਤਨ ਦੀ ਆਵਾਜ਼ ਆ ਰਹੀ ਹੈ, ਔਰ ਉਹ ਅਗਰ ਆਵਾਜ਼ ਗਲਤ ਹੋ ਰਿਹਾ, ਅਗਰ ਮੈਨੂੰ ਇਹ ਅਹਿਸਾਸ ਕਰਾਇਆ ਜਾਏਗਾ, ਫਿਰ ਤੇ ਮੇਰੇ ਕੰਨਾਂ ਦੇ ਵਿੱਚ ਉਹ ਰੜਕੇਗੀ। ਅੱਛਾ ਜੀ, ਮੈਂ ਤੇ ਚਾਹੁੰਦਾ ਹੀ ਇਹ ਐਕਚੁਅਲੀ ਕਿ ਆਸਾ ਦਾ ਸ਼ਬਦ ਆਸਾ ਵਿੱਚ ਹੀ ਗਾਇਆ ਜਾਏ। ਜਿਹੜਾ ਰਾਗੀ ਹੈ ਜੀ, ਉਹਦਾ ਇਹ ਫਰਜ਼ ਬਣਦਾ ਹੈ, ਜਿਹੜਾ ਰਾਗੀ ਹੈ ਉਹਨੂੰ ਇਸ ਗੱਲ ਨੂੰ ਸਿਖਾਇਆ ਜਾਂਦਾ। ਤੁਹਾਡੇ ਮਤਲਬ ਤੁਹਾਡੇ ਮੁਤਾਬਕ ਉਹ ਜਿਹੜੀ ਪਿਰਤ ਹੈ ਉਹਨੂੰ ਛੱਡ ਕੇ ਇਸ ਤਰੀਕੇ ਨਾਲ ਗਾਇਆ ਜਾਏ, ਇਹਨੂੰ ਤੁਸੀਂ ਹੁਣ ਸ਼ੁਰੂ ਕਰਾਉਣ ਲਈ ਕੀ ਉਪਰਾਲਾ ਕਰੋਗੇ? ਮੈਂ ਤੇ ਮਿਹਨਤ ਹੀ ਕਰਾਂਗਾ ਚਰਨਾਂ 'ਚ ਸਾਰੀ ਸੰਗਤ ਦੇ। ਅਸੀਂ ਜੇ ਗਾ ਨਹੀਂ ਸਕਦੇ, ਸੁਣ ਤੇ ਸਕਦੇ ਹਾਂ, ਅਸੀਂ ਉਸ ਗੱਲ ਨੂੰ ਪ੍ਰਮੋਟ ਕਰੀਏ ਜਿਹੜੀ ਜਿੱਦਾਂ ਗੁਰੂ ਨੇ ਆਖਿਆ ਉਸ ਸ਼ਬਦ ਨੂੰ। ਜੇ ਸਬਜ਼ੀ ਮੰਡੀ ਜਾਂਦੇ ਹੋ ਸਬਜ਼ੀ ਲੈਣ ਲਈ, ਢੋ ਦੇਖ ਕੇ ਤੁਸੀਂ ਕਰਦੇ ਹੋ ਸਭ ਕੁਛ, ਇਸੇ ਤਰ੍ਹਾਂ ਅਧਿਆਤਮ ਦਾ ਭੋਜਨ ਹੋ ਗਿਆ। ਹੋਰ ਤੁਹਾਡਾ ਕੀ ਮਤਲਬ? ਇਹ ਤਾਂ ਬੜਾ ਵੱਡਾ ਇੱਕ ਏਜੰਡਾ ਤੁਸੀਂ ਲੈ ਕੇ ਤੁਰੇ ਹੋ, ਤੇ ਤੁਹਾਡੇ ਤੋਂ ਪਹਿਲਾਂ ਵੀ ਕਿਸੇ ਨੇ ਇਸ ਤਰ੍ਹਾਂ ਦਾ ਕੋਈ ਪੁਆਇੰਟ ਉਠਾਇਆ? ਪ੍ਰੋਫੈਸਰ ਤਾਰਾ ਸਿੰਘ ਜੀ, ਭਾਈ ਅਵਤਾਰ ਸਿੰਘ ਚਰਨ, ਸਾਰੀ ਉਮਰ ਇਹ ਗੁਰੂ ਦੇ ਸਿੱਖ ਬੜੇ, ਡਾਕਟਰ ਗੁਰਨਾਮ ਸਿੰਘ ਜੀ, ਇਹ ਸਾਰੇ ਗੁਰੂ ਕੇ ਪਿਆਰੇ। ਨਹੀਂ ਨਹੀਂ, ਜਿਹੜੇ ਇਸ ਮਰਿਆ ਜਿਹੜੀ ਤੁਹਾਡੇ ਦੱਸੇ ਤਰੀਕੇ ਨੂੰ ਅਪਣਾਇਆ ਜਿਨ੍ਹਾਂ ਨੇ। ਦੇਖੋ ਜੀ ਲਾਂਬਾ ਸਾਹਿਬ, ਹੁਣ ਅੱਜ ਦੇ ਸਮੇਂ 'ਚ ਹੈ ਹੁਣ ਮੇਰਾ ਦੱਸਿਆ ਤਰੀਕਾ ਜਿਹੜਾ ਹੈ ਨਾ, ਪਰ ਕੋਈ ਹੈ ਕੋਈ ਜਿਹੜਾ ਜਿਹੜਾ ਤੁਸੀਂ ਖੋਜਿਆ ਜਾਂ ਲੱਭਿਆ ਜਾਂ ਰਿਵਾਈਵ ਕੀਤਾ? ਹਾਂਜੀ, ਬਹੁਤ ਸਾਰੇ। ਇੱਕ ਸਾਡੇ ਇੰਗਲੈਂਡ ਦੇ ਵਿੱਚ ਫੌਜੀ, ਹੁਣੇ ਉਹਨਾਂ ਦਾ ਉਹ ਦੇਹਾਂਤ ਹੋਇਆ ਜੀ, 109 ਸਾਲ ਦੀ ਉਮਰ ਜੀ ਭੋਗ ਕੇ ਉਹ ਪੂਰੇ ਹੋਏ ਨੇ। ਉਹ ਗੁਰਦੁਆਰੇ 'ਚ ਬੈਠੇ ਬੈਠੇ ਹੀ ਡਰਾਗੀਆਂ ਨੂੰ ਰੋਕ ਦਿੰਦੇ ਸੀ ਵੀ ਇੱਦਾਂ ਆਸਾ ਕੀ ਵਾਰ ਨਹੀਂ ਸੀ, ਇੱਦਾਂ ਹੁੰਦੀ ਸੀ। ਮਹੰਤ ਅਜੀਤ ਸਿੰਘ, ਦੇਖੋ ਜੀ ਗੁਰਦੁਆਰੇ 'ਚ ਤਾਂ ਬਹੁਤ ਕੁਛ ਹੋ ਰਿਹਾ। ਨਹੀਂ ਨਹੀਂ, ਕਿਸੇ ਗੁਰਦੁਆਰੇ 'ਚ ਇਸ ਤਰੀਕੇ ਨਾਲ ਗਾਇਨ? ਆਈ ਹੈਵ ਨੋ ਆਈਡੀਆ, ਨੋ ਆਈਡੀਆ। ਹਾਂਜੀ ਠੀਕ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਓਲਟਰ ਕਰਦੇ ਹਾਂ। ਠੀਕ ਹੈ ਠੀਕ ਹੈ, ਤੁਹਾਡੀ ਗੱਲ ਹਾਂਜੀ ਬਿਲਕੁਲ। ਤੇ ਅੱਛਾ, ਇਹ ਤੁਸੀਂ ਦੱਸੋਗੇ ਕਿ ਇਹ ਜਿਹੜਾ ਫਿਰ ਮਤਲਬ ਇਹ ਹੋ ਗਿਆ, ਹੁਣ ਤੇ ਉਹ ਕੀਰਤਨ ਵੀ ਸਾਰੇ ਦਾ ਸਾਰਾ ਹੀ ਮਤਲਬ ਮੈਨੂੰ ਲੱਗਦਾ ਹੈਗਾ ਕਿ ਬੁਨਿਆਦ ਹੀ ਸਾਡੀ ਸਾਰੀ ਹਿੱਲ ਗਈ, ਜਿਹੜੀ ਹਿੱਲਣੀ ਚਾਹੀਦੀ ਬੁਨਿਆਦ ਜਿਹੜੀ ਹੈ, ਜੋ ਵੀ ਕੀਰਤਨ ਜਿੱਥੇ ਵੀ ਹੋ ਰਿਹਾ, ਜਿਹੜੀ ਪਰੰਪਰਾ ਨਾਲ ਹੋ ਰਿਹਾ, ਜਿਹੜੇ ਸਾਰੇ ਸੰਸਾਰ ਦੇ ਵਿੱਚ ਹੋ ਰਿਹਾ, ਉਹ ਤੁਹਾਡੇ ਹਿਸਾਬ ਨਾਲ ਕਿ ਉਹ ਸਹੀ ਹੋਣਾ ਚਾਹੀਦਾ, ਉਹ ਗਲਤ ਹੈਗਾ? ਬੁਨਿਆਦ ਸਾਡੀ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ ਹੋਇਆ ਵਿਧਾਨ ਹੈ, ਉਹ ਸਾਡੀ ਬੁਨਿਆਦ ਹੈ। ਜੇ ਉਹਦੇ ਤੋਂ
ਉਹ ਗੁਰਮਤ ਹੈ ਜੇ ਉਹਦੇ ਤੋਂ ਹਿੱਲਾਂਗੇ ਉਹ ਮਨਮਤ ਹਿਲਾਏਗੀ ਜੇ ਜਿੱਥੇ ਜਿੱਥੇ ਤੁਹਾਨੂੰ ਪਤਾ ਲੱਗਦਾ ਹੈ ਕਿ ਅਸੀਂ ਬਦਲ ਸਕਦੇ ਹਾਂ ਚੀਜ਼ਾਂ ਸਾਨੂੰ ਜ਼ਰੂਰ ਇਹ ਬਦਲ ਲੈਣੀਆਂ ਚਾਹੀਦੀਆਂ ਜਦੋਂ ਜਿੰਨੀ ਦੇਰ ਸਮਾਂ ਹੈ ਨਾ ਸਾਡੇ ਕੋਲ ਚਾਰ ਸਵਾਸ ਚੱਲਦੇ ਨੇ ਸਾਨੂੰ ਇਹ ਬਦਲ ਲੈਣਾ ਚਾਹੀਦਾ ਉਹਦੇ 'ਚ ਹੀ ਸਾਡੀ ਕਮਿਊਨਿਟੀ ਜਿਹੜੀ ਪੰਜਾਬੀ ਕਮਿਊਨਿਟੀ ਉਹਦਾ ਥੋੜ੍ਹਾ ਜਿਹਾ ਭਲਾ ਹੈ ਜੀ 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 ਹੋਰ ਤੁਸੀਂ ਅਗਲਾ ਤੁਹਾਡਾ ਕੀ ਪ੍ਰੋਗਰਾਮ ਹੈ ਪ੍ਰੋਗਰਾਮ ਬਸ ਇਹੀ ਹੈ ਕਿ ਥਾਂ ਥਾਂ ਇਹ ਸੱਦਾ ਪੱਤਰ ਲੈ ਕੇ ਚਲੇ ਜਾਈਦਾ ਮਿਹਨਤ ਕਰਨ ਬਈ ਗੁਰੂ ਪਿਆਰਿਓ ਆਪਾਂ ਘਰ ਪਰਿਵਾਰ 'ਚ ਹਾਂ ਆਪਾਂ ਸਾਰਾ ਇਹ ਇਹ ਜਿਹੜਾ ਪੰਥ ਹੈ ਇਹ ਜਿਹੜਾ ਸਮਾਜ ਹੈ ਪੰਥ ਕਿਹੜਾ ਪੰਥ ਨੂੰ ਅਸੀਂ ਕੀ ਕਰਨਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਲੈਣਾ ਪੰਥ ਕੋਲੋਂ ਕੀ ਲੈਣਾ ਦੇਖੋ ਜੀ ਪੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੱਸੇ ਮਾਰਗ ਤੇ ਚੱਲਣ ਵਾਲੇ ਪੰਥੀ ਜਿਹੜੇ ਨਾ ਉਹ ਹੈ ਹੀ ਨਹੀਂ ਬਹੁਤ ਨੇ ਜੀ ਬਹੁਤ ਨੇ ਪੰਥ ਪੰਥੀ ਹੋਣਾ ਹੋਰ ਗੱਲ ਹੈ ਪੰਥੀ ਤੁਹਾਨੂੰ ਲੱਭਣਗੇ ਤੁਹਾਡੇ ਦੱਸੇ ਮਾਰਗ ਦੇ ਪੰਥੀ ਪੰਥੀ ਰਲ ਕੇ ਦੇਖੋ ਪੰਥ ਕੋਈ ਪੰਥੀ ਤੋਂ ਸਵਾਏ ਬਣਦਾ ਨਹੀਂ ਜੀ ਚਾਰ ਲੋਕ ਇੱਕ ਵਿਧਾਨ ਦੇ ਵਿੱਚ ਆਪਣੀ ਆਪਣੀ ਬਿਰਤੀ ਰੱਖਣ ਵਾਲੇ ਜੀ ਜਿਨ੍ਹਾਂ ਦਾ ਕੋਈ ਸੰਚਾਲਨ ਦਾ ਢੰਗ ਹੋਵੇ ਮੇਰਾ ਧਰਮ ਵੀ ਮੇਰਾ ਕਰਮ ਵੀ ਮੇਰਾ ਸਭ ਕੁਛ ਮੇਰਾ ਗੁਰੂ ਹੈ ਜੇ ਮੇਰਾ ਗੁਰੂ ਕਹਿੰਦਾ ਹੈ ਇਸ ਤਰੀਕੇ ਨਾਲ ਭਾਈ ਉਸੇ ਤਰੀਕੇ ਨਾਲ ਹੀ ਹੋਣਾ ਹੈ ਜੇ ਮੈਨੂੰ ਕੱਲ੍ਹ ਨੂੰ ਬੰਦਾ ਕਹਿੰਦਾ ਵੀ ਤੂੰ ਤਿਲਕ ਲਗਾ ਲੈ ਤਲਵਾਰ ਹੱਥ 'ਚ ਫੜ ਲੈ ਤਾਂ ਆਹ ਕਰ ਲੈ ਉਹ ਕਰ ਲੈ ਜੇ ਮੈਨੂੰ ਪੁੱਗਦੀ ਹੋਏਗੀ ਸਮਾਜਿਕ ਤੌਰ 'ਤੇ ਗੱਲ ਸ਼ਾਇਦ ਮੈਂ ਸੋਚਾਂ ਪਰ ਜੇ ਮੇਰਾ ਗੁਰੂ ਕਹਿੰਦਾ ਹੈ ਨਾ ਤਾਂ ਫਿਰ ਉਦੋਂ ਤਾਂ ਕੁਐਸਚਨ ਹੀ ਨਹੀਂ ਜੀ ਜੀ ਹੋਰ ਕੋਈ ਕਹੇਗਾ ਮੈਂ ਸ਼ਾਇਦ ਜ਼ਰੂਰ ਸੋਚਾਂ ਸੋ ਤੁਹਾਡਾ ਜਿਹੜਾ ਇਹ ਮੁੱਢਲੇ ਹੀ ਜਿਹੜਾ ਪੈਗਾਮ ਸੀਗਾ ਕਿ ਜਿਹੜਾ ਅਰਦਾਸ ਨਿਤਨੇਮ ਆਸਾ ਦੀਵਾਰ ਸਾਰਾ ਕੁਛ ਇਹਨੂੰ ਫਿਰ ਜਿਹੜਾ ਉੱਥੇ ਲਾਗੂ ਕਰਾਉਣ ਲਈ ਤੁਹਾਡੇ ਜਿਹੜੀ ਤੁਹਾਡੇ ਵਿਚਾਰ 'ਚ ਜਿਹੜੀ ਸਹੀ ਹੈ ਉਹ ਤੁਸੀਂ ਕਦੀ ਅਪਰੋਚ ਕਰੋਗੇ ਅਕਾਲ ਤਖਤ ਸਾਹਿਬ ਨੂੰ ਜਾਂ ਸ਼੍ਰੋਮਣੀ ਕਮੇਟੀ ਨੂੰ ਜਾਂ ਕਿਸੇ ਹੋਰ ਦੇਖੋ ਹੁਣ ਸਾਰਿਆਂ ਨਾਲ ਵਿਚਾਰਧਾਰਾ ਜਿਹੜੀ ਹੈਗੀ ਹੈ ਉਹ ਨਾਲ ਦੀ ਨਾਲ ਕੋਸ਼ਿਸ਼ ਕਰੀਦੀ ਹੈ ਮਿਲਦੀ ਜਾਏ ਕੋਸ਼ਿਸ਼ ਚੱਲ ਵੀ ਰਹੀ ਕੋਸ਼ਿਸ਼ ਚੱਲਦੀ ਵੀ ਰਹੇਗੀ ਬਾਕੀ ਗੱਲ ਹੈ ਪਹਿਲੋਂ ਮੈਂ ਉਹਨਾਂ ਨੂੰ ਕਹਾਂ ਕਿ ਤੁਸੀਂ ਇਹ ਬਦਲ ਦਿਓ ਮੈਨੂੰ ਖੁਦ ਨੂੰ ਬਦਲਣਾ ਹੋਏਗਾ ਮੈਨੂੰ ਖੁਦ ਨੂੰ ਇਸ ਗੱਲ 'ਚ ਯਕੀਨ ਕਰਕੇ ਇਹਨੂੰ ਗੱਲ ਨੂੰ ਆਪਣੇ ਆਪ 'ਚ ਸਾਬਤ ਕਰਨਾ ਹੋਏਗਾ ਅਤੇ ਜੇ ਮੈਂ ਆਪਣੇ ਆਪ ਨੂੰ ਸਾਬਤ ਕਰ ਗਿਆ ਮੈਂ ਉਹਨਾਂ ਨੂੰ ਵੀ ਸਾਬਤ ਕਰ ਲਵਾਂਗਾ ਹਾਂਜੀ ਸੋ ਕੋਸ਼ਿਸ਼ ਸਾਡੀ ਚੱਲ ਰਹੀ ਹੈ ਗੁਰਮੁਖ ਪਿਆਰੇ ਜਿਹੜੇ ਸਤਿਗੁਰੂ ਨੂੰ ਪਿਆਰ ਕਰਨ ਵਾਲੇ ਉਹ ਇਸ ਕੰਮ ਵੱਲ ਲੱਗੇ ਹਜ਼ਾਰਾਂ ਦੀ ਗਿਣਤੀ 'ਚ ਅਤੇ ਜ਼ਰੂਰ ਜੀ ਜੇ ਗੁਰੂ ਨਾਨਕ ਸਤਿਗੁਰੂ ਦੀ ਨਜ਼ਰ ਹੋਈ ਗੁਰਪ੍ਰਸਾਦ ਸਾਨੂੰ ਜ਼ਰੂਰ ਮਿਲੇਗਾ ਜੀ ਸੋ ਤੁਹਾਡਾ ਸਿਰਫ ਕੇਵਲ ਗੁਰਮਤ ਸੰਗੀਤ ਤੱਕ ਹੀ ਹੈ ਜਾਂ ਉਸ ਤੋਂ ਇਲਾਵਾ ਵੀ ਕੋਈ ਤੁਹਾਡਾ ਏਜੰਡਾ ਹੈ ਗੁਰਮਤ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਜੋ ਜਿੰਨਾ ਵੀ ਆਧਾਰ ਹੈ ਜੇ ਬਾਹਰਲੇ ਖੇਤਰ 'ਚ ਅਸੀਂ ਯੂ ਨੋ ਵੈਦਿਕ ਐਸਪੈਕਟ ਆਫ ਸਾਊਂਡ ਐਂਡ ਹੀਲਿੰਗ ਅਸੀਂ ਨਾਦ ਯੋਗਾ ਲੈ ਕੇ ਆਉਂਦੇ ਹਾਂ ਉਹ ਸਾਰਾ ਬੇਸਡ ਗੁਰੂ ਨਾਨਕ ਦੀ ਫਿਲਾਸਫੀ 'ਤੇ ਹੈ ਜੀ ਜੀ ਹਾਂਜੀ ਜਿਹੜਾ ਨਾਦ ਹੈ ਜੀ ਜਿਹੜੀ ਸੁਰ ਹੈ ਜਾਂ ਜਿਹੜਾ ਊੜੇ ਦੀ ਟਣਕਾਰ ਹੈ ਇਹਦਾ ਜਿਹੜਾ ਹੀਲਿੰਗ ਪਾਵਰਸ ਹੈ ਜਾਂ ਐੜਾ ਹੈ ਜਾਂ ਈੜੀ ਹੈ ਇਹਦਾ ਜਿਹੜਾ ਉਪਯੋਗ ਹੈ ਅਤੇ ਦੁਰਉਪਯੋਗ ਹੈ ਜੀ ਇਹਦੇ ਜੋਗੇ ਹੋਣਾ ਇਸ ਨੂੰ ਸਮਝਣ ਦੇ ਅਤੇ ਇਹ ਜਿਹੜਾ ਤੁਸੀਂ ਹੈਗਾ ਤੁਹਾਡਾ ਕਹਿਣਾ ਸੀ ਕਿ ਹੁਣ ਤੁਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਜਿਹੜੀ ਲੈਂਦੇ ਹੋ ਬਿਲਕੁਲ ਪਰ ਜਿਹੜਾ ਤੁਹਾਡਾ ਲਿਟਰੇਚਰ ਹੈ ਉਹਦੇ 'ਚ ਲਿਖਿਆ ਹੈ ਕਿ ਮਾਈ ਟੀਚਰਸ ਐਂਡ ਗੁਰੂਸ ਇਹ ਦੁਆਇਤ ਹੈ ਕਿ ਇੱਕ ਹੈ ਮਾਈ ਟੀਚਰਸ ਵੱਖਰੇ ਹੈ ਮੇਰੇ ਗੁਰੂ ਜਿਹੜਾ ਹੈ ਨਾ ਜੀ ਉਹ ਮੇਰਾ ਸਭ ਤੋਂ ਉੱਪਰ ਹੈ ਜੀ ਜਿਹੜਾ ਮੇਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਮੇਰੇ ਵਿਦਿਅਕ ਗੁਰੂ ਨੇ ਦੇਖੋ ਗੁਰੂ ਗੁਰੂ 'ਚ ਫਰਕ ਹੁੰਦਾ ਇੱਕ ਵਿਦਿਆ ਗੁਰੂ ਹੁੰਦਾ ਇੱਕ ਸਤਿਗੁਰੂ ਹੁੰਦਾ ਫਿਰ ਇੱਕ ਹੋਰ ਹੁੰਦਾ ਗੁਰੂ ਉਹ ਕਹਿੰਦੇ ਵਾਹਿਗੁਰੂ ਜੀ ਹਾਂਜੀ ਜਿਹੜੇ ਮੇਰੇ ਵਿਦਿਆ ਗੁਰੂ ਸਨ ਜਿਹਨਾਂ ਤੋਂ ਮੈਂ ਮੇਰੀ ਆਪਣੀ ਮਾਂ ਨੇ ਮੈਨੂੰ ਦੱਸਿਆ ਕੱਪੜੇ ਕਿੱਦਾਂ ਪਾਉਣੇ ਖਾਣਾ ਕਿ ਮੇਰੀ ਵਿਦਿਆ ਗੁਰੂ ਹੈ ਮੇਰੀ ਮਾਂ ਜਿਹੜੀ ਹੈ ਮੇਰੀ ਦਾਦੀ ਨੇ ਮੈਨੂੰ ਗੁਰਮਤ ਦੇ ਲੜ ਲਾਇਆ ਜਿਹੜਾ ਇਹ ਗੁਰਮਤ ਸੰਗੀਤ ਐਂਡ ਨਾਦ ਯੋਗਾ ਇਹ ਨਾਦ ਯੋਗਾ ਦਾ ਲਫ਼ਜ਼ ਕਿਹਦੇ ਗੁਰੂ ਸਾਹਿਬ ਨੇ ਵਰਤਿਆ ਦੇਖੋ ਜੀ ਰਾਜਨ ਜੋਗ ਕਰਹਾ ਕਹ ਨਾਨਕ ਲੋਗ ਅਲੋਗੀ ਰੀ ਸਕੀ ਕਰ ਨਾਦ ਬਿਲਾਵਲ ਰਾਗ ਹਰ ਉੱਤਮ ਲਫ਼ਜ਼ਾਂ ਨੂੰ ਮੇਰੇ ਖਿਆਲ ਹੈ ਜਿੰਨਾ ਅਸੀਂ ਕਰੀ ਜਾਈਏ ਉਦਾਂ ਤੇ ਫਿਰ ਗੁਰੂ ਸਾਹਿਬ ਨੇ ਵੀ ਇਹ ਕਿਹਾ ਜੋਗੀ ਗ੍ਰਹੀ ਜਟਾ ਬਿਬੂਲ ਆਗੇ ਪਾਛੇ ਰੋਵੇਂ ਪੂਤ ਤੋ ਉਹ ਜਿਹੜਾ ਗੁਰੂ ਸਾਹਿਬ ਨੇ ਉਹ ਸਾਰੀਆਂ ਚੀਜ਼ਾਂ ਨੂੰ ਇਕੱਤਰ ਕਰਕੇ ਅਤੇ ਜੋਗੀ ਲਫ਼ਜ਼ ਗੁਰੂ ਸਾਹਿਬ ਨੇ ਉੱਥੇ ਵੀ ਵਰਤਿਆ ਉਜਾੜੇ ਕਾ ਪੰਧ ਅਤੇ ਗੁਰੂ ਸਾਹਿਬ ਨੇ ਤੇ ਇੱਕ ਜਿਹੜਾ ਗੁਰਮਤ ਦਾ ਮਾਰਗ ਦੱਸਿਆ ਉਹ ਸਾਰੀਆਂ ਚੀਜ਼ਾਂ ਨੂੰ ਵੱਖਰਾ ਜਿਹੜੇ ਗੁਰਮਤ ਯੋਗੀ ਨੇ ਕਿਸੇ ਹੋਰ ਨੂੰ ਵੱਖਰਾ ਕਰ ਦੇਣਾ ਫਿਰ ਕਿਉਂਕਿ ਔਰ ਨਹੀਂ ਹੈ ਉਹਦਾ ਗੁਰਮਤ ਸੰਗੀਤ ਐਂਡ ਨਾਦ ਯੋਗ
ਇਹਦਾ ਮਤਲਬ ਇਹ ਦੋ ਵੱਖਰੀਆਂ ਪੈਰਲਲ ਹੈਗੀਆਂ, ਦੋ ਫਲਸਫੇ ਨੇ, ਇੱਕੋ ਚੱਲਣਗੀਆਂ, ਇਹ ਇਹ ਇੱਕੋ ਹੀ ਪੱਧਤੀ ਹੈ ਜੀ, ਬਿਲਕੁਲ ਇੱਕੋ ਪੱਧਤੀ, ਕਿਉਂਕਿ ਨਾ ਤੇ ਅਸੀਂ ਨਿਰਧਾਰਤ ਰਾਗ ਤੋਂ ਇੱਧਰ ਉੱਧਰ ਹੋਈਦਾ, ਨਾ ਹੀ ਲੜੀਵਾਰ ਬਾਣੀ ਦੇ ਸਵਰੂਪ ਤੋਂ ਇੱਧਰ ਉੱਧਰ ਹੋਈਦਾ, ਵੱਖਰਾ ਨਹੀਂ ਨਹੀਂ ਉਹ ਇੱਕੋ ਇੱਕੋ ਹੀ ਹਿੱਸਾ, ਨਾ ਹੀ ਸਾਜਾਂ ਤੋਂ ਗੁਰੂ ਦੇ ਤੋਂ ਪਰੇ ਹੋਈਦਾ, ਜਿਹੜਾ ਵੈਸਟ ਹੈ ਨਾ ਸਾਡਾ ਉਹਨੂੰ ਥੋੜਾ ਜਿਹਾ ਰਿਲੀਜੀਅਸ ਫੋਬੀਆ ਜੀ। ਹੁਣ ਮੇਰੀ ਜ਼ਿਆਦਾ ਬਹਿਤਾਤ ਜਿਹੜੀ ਸਟੂਡੈਂਟ ਸੀ 3000 ਸਟੂਡੈਂਟ, ਉਹ ਉਹ ਯੂਰੋਪੀਅਨ ਹੈ ਜੀ, ਅਤੇ ਉਹ ਜਦੋਂ ਸਾਊਂਡ ਐਂਡ ਹੈਲਥ ਦ ਸਾਊਂਡ ਐਂਡ ਹੀਲਿੰਗ ਸਾਊਂਡ ਜਾਂ ਨਾਦ ਯੋਗਾ ਖਿੱਚ ਕੇ ਲੈ ਕੇ ਆਈਦਾ, ਅਤੇ ਫਿਰ ਉਹਦੀ ਜਿਹੜੀ ਹੈ ਨਾ ਜ਼ਿਆਦਾ ਉਹਦੀ ਖਿੱਚ ਉਹਨਾਂ ਨੂੰ ਪੈਂਦੀ ਹੈ। ਕਰਦੇ ਉਹ ਗੁਰਮਤਿ ਸੰਗੀਤ ਹੀ ਹੈ ਹਾਂਜੀ, ਪਰ ਨਾਦ ਸਤਿਗੁਰੂ ਦੇ ਦੱਸੇ ਅਨੁਸਾਰ ਹਾਂਜੀ ਰਾਗ। ਸੋ ਤੁਹਾਡਾ ਮਤਲਬ ਬੁੱਕ ਜਿਹੜਾ ਸਾਰਾ ਹੈਗਾ ਸੀਗਾ, ਤੁਸੀਂ ਜਿਵੇਂ ਸ਼ੁਰੂ ਤੇ ਕੀਤਾ ਸੀ ਗੁਰੂ ਨਾਨਕ ਸਾਹਿਬ ਦੇ ਉਸ ਸ਼ਬਦ ਤੋਂ ਜਿਹੜੀ ਉਹ ਰਾਗ ਨੂੰ ਸੰਗੀਤ ਨੂੰ ਇੱਕ ਮਾਧਿਅਮ ਬਣਾਉਣਾ, ਪਰ ਗੁਰੂ ਸਾਹਿਬ ਨੇ ਜਿਹੜਾ ਜਿਹਦੀ ਅਸੀਂ ਮੰਨਦੇ ਹਾਂ ਜਿਹੜੀ ਕੌਮ ਜਿਸ ਚੀਜ਼ 'ਤੇ ਖੜੀ ਹੈ ਕਿ ਸਿੱਖ ਪੰਥ ਕੀ ਹੈ ਜਾਂ ਸਿੱਖੀ ਮਾਰਗ ਕੀ ਹੈ, ਇਹ ਖਾਲਸਾ ਕੀ ਹੈ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੇ ਗੁਰੂ ਸਾਹਿਬਾਨ ਨੇ, ਨੌ ਗੁਰੂ ਸਾਹਿਬ ਨੇ ਇਸ ਨੂੰ ਇਕੱਤਰ ਕੀਤਾ, ਗੁਰੂ ਗ੍ਰੰਥ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹਦਾ ਅੰਤਮ ਸਰੂਪ ਬਣ ਕੇ ਇਸ ਨੂੰ ਗੁਰਿਆਈ ਬਖਸ਼ੀ, ਖਾਲਸੇ ਨੂੰ ਗੁਰਿਆਈ ਬਖਸ਼ੀ। ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਗੋਡਿਆਂ ਭਾਰ ਹੋ ਕੇ ਉਹਦੇ ਅੱਗੇ ਬੈਠੇ ਔਰ ਜੋ ਉਹਨਾਂ ਨੇ ਹੁਕਮ ਕੀਤਾ ਉਸਨੂੰ ਮੰਨ ਲਿਆ। ਪਰ ਤੁਹਾਡੇ ਬਹੁਤ ਹੀ ਗੰਭੀਰ ਇਤਰਾਜ਼, ਆਸਾ ਦੀ ਵਾਰ, ਕੀਰਤਨ, ਹਰਿਮੰਦਰ ਸਾਹਿਬ ਦੀ ਪਰੰਪਰਾ, ਹਰਿਮੰਦਰ ਸਾਹਿਬ ਦੀ ਮਰਿਆਦਾ, ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਸਾਰਿਆਂ 'ਤੇ ਹੈ। ਪਰ ਚਲੋ ਇਹ ਤੁਹਾਡੇ ਆਪਣੇ ਨਿੱਜੀ ਵਿਚਾਰ ਹੈ, ਮੈਂ ਇਹ ਨਹੀਂ ਕਹਿੰਦਾ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਮੈਂ ਅਜੇ ਉਹ ਜ਼ਰੂਰਤ ਨਹੀਂ ਕਰ ਸਕਦਾ ਉਸ ਤੋਂ। ਅੱਖਰਾਂ ਦਾ ਜੋੜ ਤੋੜ ਹੈ ਜੀ ਜੀ, ਇਤਰਾਜ਼ ਵਾਲੀ ਗੱਲ ਜਿੱਦਾਂ ਜੇ ਤੁਸੀਂ ਪਾਠ ਕਰੋਗੇ ਤੁਸੀਂ ਪਹੁੰਚ ਜਾਓਗੇ, ਜੇ ਨਹੀਂ ਕਰੋਗੇ ਤੁਸੀਂ ਨਹੀਂ ਪਹੁੰਚੋਗੇ। ਨਹੀਂ ਨਹੀਂ ਉਹ ਤੇ ਹੋ ਗਿਆ, ਉਹ ਤਾਂ ਖੈਰ ਤੁਸੀਂ ਸਾਰਾ ਐਕਸਪਲੇਨ ਕਰ ਦਿੱਤਾ। ਹੁਣ ਜਿਹੜਾ ਆਸਾ ਕੀ ਵਾਰ, ਹੁਣ ਇਟ ਇਜ਼ ਵਰਸਸ ਅ ਕਮਿਊਨਿਟੀ ਐਂਡ ਗੁਰੂ ਜੀ। ਸੋ ਇੱਕ ਅਖੀਰਲਾ ਜਿਹੜਾ ਮੇਰਾ ਬੜਾ ਸਪੈਸੀਫਿਕ ਜਿਹੜਾ ਹੈਗਾ ਉਹ ਪ੍ਰਸ਼ਨ ਹੋਏਗਾ, ਉਹ ਬੜਾ ਸਪੈਸੀਫਿਕ, ਮੈਂ ਇੱਕ ਲਫ਼ਜ਼ੀ ਵਿੱਚ ਜਵਾਬ ਚਾਹਾਂਗਾ। ਤੁਸੀਂ ਮਤਲਬ ਜਿਹੜੀ ਉਹ ਆਸਾ ਦੀ ਵਾਰ ਜਿਹੜੀ ਹਰਿਮੰਦਰ ਸਾਹਿਬ ਹੋ ਰਹੀ ਹੈ, ਤੁਸੀਂ ਉਸਨੂੰ ਪ੍ਰਵਾਨਗੀ ਨਹੀਂ ਦਿਓਗੇ? ਮੈਂ ਕੌਣ ਹੁੰਦਾ ਜੀ? ਉਹਨੂੰ ਤੁਸੀਂ ਤੁਹਾਡੇ ਹਿਸਾਬ ਨਾਲ ਉਹ ਗਲਤ ਹੈ ਤੇ ਤੁਸੀਂ ਉੱਥੇ ਉਸ ਤਰ੍ਹਾਂ ਜਾਂਚ ਨਹੀਂ ਕਰੋਗੇ? ਜਿੱਥੇ ਪਰਸਨਲ ਮੇਰੀ ਆਪਣੀ ਗੱਲ ਹੈ ਜੀ, ਮੈਂ ਤੇ ਉਹੀ ਉਸੇ ਗੱਲ 'ਚ ਯਕੀਨ ਰੱਖਦਾ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖੀ ਹੋਈ, ਮਤਲਬ ਉਹਦੇ 'ਚ ਨਹੀਂ ਕਰਦੇ ਨਾ। ਮੈਨੂੰ ਹੋਰ ਕੋਈ ਵੀ ਜਿਹੜੀ ਪਰੰਪਰਾ ਹੈ ਉਹ ਆਪਣੇ ਆਲ ਨੂੰ ਨਹੀਂ ਖਿੱਚਦੀ, ਐਕਸੈਪਟ ਵਟਸ ਰਿਟਨ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ। ਜੇ ਉਹ ਗਲਤ ਲਿਖਿਆ ਕੋਈ ਸਾਬਤ ਕਰ ਦੇਵੇ ਇਸ ਗੱਲ ਨੂੰ, ਫਿਰ ਤੇ ਗੁਰੂ ਹੀ ਬਦਲ। ਔਰ ਇਹ ਜਿਹੜਾ ਵਿਚਾਰ ਵੀ ਤੁਹਾਡਾ ਹੈ ਤੇ ਨਿਰਣਾ ਵੀ ਤੁਹਾਡਾ। ਬਿਲਕੁਲ ਠੀਕ ਹੈ, ਨਿਰਣਾ ਵੀ ਤੁਹਾਡਾ ਹੈ ਕਿ ਗਲਤ? ਹਾਂਜੀ, ਜੇ ਗਲਤ ਹੈ ਉਹ ਜਾਂ ਠੀਕ ਹੈ ਨਿਰਣਾ, ਇਹ ਅਧਿਆਤਮ ਦਾ ਨਿਰਣਾ, ਗੁਰੂ ਨੂੰ ਗੁਰੂ ਮੰਨਣ ਦਾ ਨਿਰਣਾ ਹਰੇਕ ਦਾ ਇੰਡੀਵਿਜੁਅਲ ਹੁੰਦਾ, ਸਮਾਜਿਕ ਨਹੀਂ ਹੁੰਦਾ। ਸੋ ਫਿਰ ਵੀ ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਸਮਾਂ ਦਿੱਤਾ ਤੇ ਘੱਟੋ ਘੱਟ ਕੋਸ਼ਿਸ਼ ਕੀਤੀ ਕਿ ਜਿਹੜਾ ਇੱਕ ਨਵਾਂ, ਬਿਲਕੁਲ ਹੀ ਇੱਕ ਜਿਹੜਾ ਪੰਥ ਦਾ ਇੱਕ ਵੱਖਰਾ ਇੱਕ ਇੰਟਰਪ੍ਰੀਟੇਸ਼ਨ, ਬਿਲਕੁਲ ਹੀ ਇੱਕ ਨਵੀਂ ਇੰਟਰਪ੍ਰੀਟੇਸ਼ਨ ਜਿਹੜੀ ਅੱਜ ਤੱਕ ਕਦੀ ਸੁਣੀ ਨਹੀਂ ਸੀ, ਉਹ ਤੁਹਾਡੀ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕ ਹੋਏ ਤੁਹਾਡੇ ਵਿਚਾਰ ਤੇ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਵਾਦ ਸੰਵਾਦ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਪ੍ਰਸੰਨਤਾ ਹੈ, ਸਾਡੇ ਨਾਲ ਰਾਗ ਸੰਗੀਤ ਗੁਰਮਤਿ ਸੰਗੀਤ ਔਰ ਉਸ ਦੇ ਬਾਰੇ ਗੱਲ ਕਰਨ ਲਈ ਜਿਨ੍ਹਾਂ ਨੇ ਉਸ ਦੇ ਉੱਤੇ ਕਾਫੀ ਤਰੱਦਦ ਨਾਲ ਕੰਮ ਕੀਤਾ ਹੈ ਔਰ ਕਾਫੀ ਡੂੰਘਾਈ ਦੇ ਨਾਲ ਉਸ ਦੀ ਖੋਜ ਕਰ ਰਹੇ ਹਨ। ਸਾਡੀ ਮੁਰਾਦ ਪ੍ਰੋਫੈਸਰ ਸੁਰਿੰਦਰ ਸਿੰਘ ਜੀ, ਜਿਹੜੇ ਕਿ ਇਸ ਵੇਲੇ ਲੰਡਨ ਵਿੱਚ ਵਾਸ ਕਰਦੇ ਹਨ, ਪਰ ਜਿਨ੍ਹਾਂ ਦੀ ਬੁਨਿਆਦ, ਜਿਨ੍ਹਾਂ ਦੀ ਸ਼ੁਰੂਆਤ ਉਹ ਕਪੂਰਥਲਾ ਤੋਂ ਹੈ, ਗੁਰੂ ਸਾਹਿਬ ਦੀ ਉਸ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਦੇ ਕੋਲ। ਉੱਥੋਂ ਪ੍ਰੋਫੈਸਰ ਸੁਰਿੰਦਰ ਸਿੰਘ ਜੀ ਨੇ ਆਪਣਾ ਕੀਰਤਨ ਦਾ ਕਾਰਜ ਆਰੰਭਿਆ ਔਰ ਲੰਡਨ ਦੇ ਵਿੱਚ ਆਪ ਹੀ ਨਹੀਂ ਬਲਕਿ ਦੂਸਰਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਨ ਦਾ ਗੰਭੀਰ ਉਪਰਾਲਾ ਕੀਤਾ। ਕੁਛ ਗੰਭੀਰ ਸਵਾਲ ਜੋ ਉਹ ਕਰ ਰਹੇ ਹਨ, ਜੋ ਸੁਨੇਹਾ ਦੇਣਾ ਚਾਹੁੰਦੇ ਹਨ, ਉਸ ਦੇ ਬਾਰੇ ਉਹਨਾਂ ਨਾਲ ਗੱਲ ਕਰਾਂਗੇ। ਸਾਨੂੰ ਪ੍ਰਸੰਨਤਾ ਹੈ ਕਿ ਸਾਡੇ ਸਟੂਡੀਓ ਵਿੱਚ ਹਨ। ਪ੍ਰੋਫੈਸਰ ਸਾਹਿਬ, ਇਸ ਪ੍ਰੋਗਰਾਮ ਵਿੱਚ ਆਉਣ ਲਈ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਸ਼ੁਰੂ ਕਰਾਂ, ਬਿਹਤਰ ਹੈ ਕਿ ਤੁਸੀਂ ਆਪਣਾ ਤਾਰਫ ਖਾਸ, ਆਪਣੀ ਜਾਣ ਪਛਾਣ ਕਿ ਉਹ ਜ਼ਿਆਦਾ ਕਰਾ ਦਿਉ ਤਾਂ ਬਹੁਤ ਹੀ ਚੰਗਾ ਰਹੇਗਾ, ਸੰਖੇਪ ਵਿੱਚ ਕਿ ਕਿਵੇਂ ਇਹ ਸ਼ੁਰੂਆਤ ਕੀਤੀ ਔਰ ਇਸ ਪਾਸੇ ਵੱਲ ਕਿਵੇਂ ਤੁਰੇ ਔਰ ਇਹ ਮਕਸਦ, ਇਹ ਸਫ਼ਰ ਦੀ ਸ਼ੁਰੂਆਤ ਅਤੇ ਕਿੱਦਾਂ ਹੋਈ ਜੀ? ਸਫ਼ਰ ਦੀ ਸ਼ੁਰੂਆਤ ਤਾਂ ਬੇਸਿਕਲੀ ਲਾਮਾ ਸਾਹਿਬ ਇਹ ਗੁਰੂ ਮਹਾਰਾਜ ਦਾ ਜਿਹੜਾ ਸ਼ਬਦ ਸੀ ਉਹਨੂੰ ਸਮਝਣ ਤੋਂ ਸ਼ੁਰੂ ਹੋਈ ਜੀ। ਆਸਾ ਦਾ ਸ਼ਬਦ ਸੀ, ਪਈ ਪ੍ਰਾਪਤ ਮਾਨੁਖ ਦੇਹੋਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਰਹਿਰਾ ਸਾਹਿਬ ਦਾ ਪਾਠ ਕਰ ਰਹੇ ਸਨ ਸਾਰਾ ਪਰਿਵਾਰ ਬੈਠੇ ਜੀ, ਅਤੇ ਮੈਂ ਆਪਣੀ ਦਾਦੀ ਜੀ ਨੂੰ ਪੁੱਛਿਆ ਵੀ ਆਸਾ ਦਾ ਮਤਲਬ ਕੀ ਹੋਇਆ, ਬਾਕੀ ਦੇ ਤੇ ਟਰਾਂਸਲੇਸ਼ਨ ਅਵੇਲੇਬਲ ਹੈ। ਬਸ ਇੱਥੋਂ ਸ਼ੁਰੂਆਤ ਹੋਈ, ਆਸਾ ਦਾ ਮਤਲਬ ਲੱਭਦਿਆਂ ਲੱਭਦਿਆਂ ਇਸ ਮੁਕਾਮ ਤੱਕ ਪਹੁੰਚਣਾ ਹੋ ਗਿਆ, ਕਿਉਂਕਿ ਚਾਰ ਸੁਰਾਂ ਦਾ ਸੁਮੇਲ ਹੀ ਆਸਾ ਨਹੀਂ ਬਣਾਉਂਦਾ, ਉਹ ਜ਼ਿੰਦਗੀ ਦਾ ਅਹਿਸਾਸ ਜਿਹੜਾ ਹੈ, ਜ਼ਿੰਦਗੀ 'ਚ ਉਹਨੂੰ ਲਾਗੂ ਕਿਵੇਂ ਕਰਨਾ ਜੀ, ਇਹਨੂੰ ਇਹਦੀ ਖੋਜ 'ਚ ਇਹਨੂੰ ਢੂੰਡਦਿਆਂ ਇਹਨੂੰ ਜ਼ਿੰਦਗੀ 'ਚ ਲਾਗੂ ਕਰਨ ਦੀ ਕੋਸ਼ਿਸ਼ ਜਿਹੜੀ ਇੱਥੇ ਲੈ ਆਈ ਜੀ ਜੀ ਜੀ। ਸੋ ਫਿਰ ਤੁਸੀਂ ਇਸ ਦੇ ਲਈ ਕੀ ਕੀਤਾ, ਕੀ ਉਹ ਲੱਭ ਪਿਆ ਆਸਾ ਦਾ? ਬਿਲਕੁਲ ਜੀ, ਜੋ ਗੁਆਚਾ ਕੁਛ ਨਹੀਂ ਹੁੰਦਾ। ਦਾਦੀ ਜੀ ਮੇਰੇ ਕਹਿੰਦੇ ਸਨ ਜਿਹੜੀ ਗੱਲ ਦਾ ਜਵਾਬ ਹੋਰ ਕਿਤੇ ਨਾ ਮਿਲੇ ਤੇ ਸਤਿਗੁਰੂ ਉਸ ਗੱਲ ਦਾ ਜਵਾਬ ਦਿੰਦੇ ਨੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੇ ਸਾਡੇ ਕੋਲ ਗੁਰੂ ਹੈ ਜੀ। ਮੈਂ ਬਾਰ ਬਾਰ ਇਹ ਗੱਲ ਸਟੇਜ ਤੋਂ ਵੀ ਕਹਿੰਦਾ, ਆਪਣੇ ਵਿਦਿਆਰਥੀਆਂ ਨੂੰ ਵੀ ਕਹਿੰਦਾ, ਜੇ ਗੁਰੂ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਫਿਰ ਗੁਆਚਾ ਕੁਛ ਨਹੀਂ ਜੀ। ਸਾਰੀਆਂ ਇਹਨਾਂ ਗੁੰਝਲਾਂ ਦਾ ਜੋ ਮੈਂ ਇਹ ਵੀ ਕਹਿੰਦਾ ਉਹਨਾਂ ਵੀ ਅਨਹਿਡਨ ਸੀਕ੍ਰੇਟ ਜੀ। ਆਸਾ ਦਾ ਕੀ ਅਰਥ ਹੈ? ਆਸਾ ਜ਼ਿੰਦਗੀ ਦਾ ਉਹ ਕਰੇਜ ਦਾ ਚੈਪਟਰ ਹੈ ਜਿਹੜਾ ਆਲਸ ਨੂੰ ਵੱਢ ਕੇ ਦੋ ਹਿੱਸਿਆਂ 'ਚ ਕਰ ਦਿੰਦੇ। ਉਦੋਂ ਜਦੋਂ ਤੁਸੀਂ ਆਪਸ਼ਨ ਦੇ ਵਿੱਚ ਹੋਵੋ, ਇਹ ਵੀ ਐਵੇਂ ਵੀ ਹੋ ਸਕਦਾ ਹੈ ਕਿ ਜੇ ਸੌਣਾ ਹੈ ਨਾ 5 ਵਜੇ ਤੋਂ ਅਲਾਰਮ ਤੋਂ ਬਾਅਦ ਤੁਸੀਂ ਸੌਂ ਸਕਦੇ ਹੋ, ਤੁਹਾਨੂੰ ਪਤਾ ਹੈ ਕਿ ਤੁਸੀਂ ਭੱਜ ਨੱਠ ਕੇ ਕੰਮ 'ਤੇ ਟਾਈਮ ਸਿਰ ਪਹੁੰਚੋਗੇ, ਪਰ ਚਾਹ ਕੇ ਵੀ ਜੀ ਆਪਣੀ ਉਸ ਆਲਸ ਨੂੰ ਉਸ ਮਰਜ਼ੀ ਨੂੰ ਤਿਆਗ ਦੇਣਾ, ਉਹ ਜਿਹੜਾ ਉਦਮ ਹੈ ਨਾ ਅੰਦਰ, ਉਹ ਜਿਹੜਾ ਚਿੜੀਆਂ ਦੇ ਚਹਿਕਣ 'ਤੇ ਹਾਲੀ ਚੱਕ ਕੇ ਆਪਣੀ ਬਜਾਲੀ ਜਾ ਕੇ ਕੰਮ ਕਰਦਾ ਹੈ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ, ਉਹ ਜਿਹੜਾ ਉਦਮ, ਜਿਹੜੀ ਸ਼ਕਤੀ ਉਹਦੇ 'ਚ, ਉਹ ਆਸਾ ਦੀ। ਤੋ ਜਦੋਂ ਦਿਨ ਢਲੇ ਉਹ ਫਿਰ ਉਹ ਗੈਦਰ ਕਰਦਾ ਹੈ ਸਭ ਕੁਛ ਅੰਦਰ ਆਪਣੀ ਸਾਰੀ ਸ਼ਕਤੀ ਨੂੰ ਸਮੇਟ ਕੇ, ਫਿਰ ਜਦੋਂ ਉਹ ਸਿਆਲ ਆਪਣੇ ਪੂਰੇ ਕਰ ਲੈਂਦਾ ਨਾ, ਉਹ ਜਿਹੜਾ ਗੈਦਰੇਸ਼ਨ, ਨਹੀਂ ਤਾਂ ਕੱਲ੍ਹ ਨੂੰ ਵੀ ਆ ਸਕਦਾ ਸੀ। ਆਲਸ ਆਪਸ਼ਨ ਹੈ ਪਰ ਉਹਨੂੰ ਤਿਆਗਣ ਦੀ ਜਿਹੜੀ ਸੁਰਤ ਹੈ ਉਹ ਆਸਾ ਦਿੰਦੀ। ਅੱਛਾ, ਨਹੀਂ ਉਹ ਤਾਂ ਇੱਕ ਸ਼ਬਦ ਇੱਕ ਅਰਥ ਹੋ ਗਿਆ ਜਾਂ ਜਿਵੇਂ ਇੰਟਰਪ੍ਰੀਟੇਸ਼ਨ ਹੋ ਗਈ, ਪਰ ਜਿਹੜਾ ਆਸਾ ਰਾਗ ਦੇ ਵਿੱਚ ਆਸਾ ਦਾ ਇਹੀ ਅਰਥ ਹੈ? ਦੇਖੋ ਜੀ, ਖੰਡ ਦਾ ਅਰਥ ਕੀ ਹੋ ਸਕਦਾ? ਉਹ ਤਾਂ ਜਿਹੜਾ ਜੀਵ ਦੇ ਲਗਾਏਗਾ ਨਾ, ਆਸ ਹੋਈ ਨਹੀਂ ਜੀ, ਉਹ ਤਾਂ ਭਾਸ਼ਾਈ ਅਰਥ ਆਪਾਂ ਉਹਦੇ ਕੋਸ਼ਿਸ਼ ਕਰ ਸਕਦੇ ਹਾਂ। ਆਸਾ ਇੱਕ ਅਹਿਸਾਸ ਹੈ ਜਿਹੜਾ ਬੋਲਣੇ ਭਾਸ਼ਾਈ ਹੱਦਾਂ ਤੋਂ ਬਾਹਰ ਦੀ ਗੱਲ ਹੈ ਜੀ ਜੀ ਜੀ। ਆਸਾ ਇੱਕ ਉਹ ਨਾਦ ਹੈ ਜਿਹੜਾ ਅਨਹਦ ਦੀ ਗੂੰਜ ਅੰਦਰ ਖੜੀ ਕਰ ਦਿੰਦਾ, ਬੰਦੇ ਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਸੱਟ
ਜਾਂ ਉਹ ਭਾਵ ਜਿਹੜਾ ਸਿਰਫ ਮਹਿਸੂਸ ਹੀ ਕੀਤਾ ਜਾ ਸਕਦਾ ਹੈ ਉਹ ਆਸਾ। ਜੀ ਜੀ, ਅਤੇ ਇਹ ਜਿਹੜਾ ਫਿਰ ਸਫ਼ਰ ਹੈ ਸੰਗੀਤ ਦਾ, ਗੁਰਬਾਣੀ ਗੁਰਮਤਿ ਸੰਗੀਤ ਦਾ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤਾ, ਜਿਵੇਂ ਜਨਮ ਸਾਖੀ 'ਚ ਹੈ ਕਿ ਭਾਈ ਮਰਦਾਨਾ ਜੀ ਜਿਸ ਵੇਲੇ ਆਏ ਤਾਂ ਉਹਨਾਂ ਨੇ ਕਿਹਾ ਮੀਰ ਤੂੰ ਰਬਾਬ ਬੜੀ ਸੋਹਣੀ ਵਜਾਉਂਦਾ ਹੈ, ਤਾਂ ਉਹਦੇ ਵਿੱਚ ਬੜੇ ਸੋਹਣੇ ਲਫ਼ਜ਼ ਲਿਖੇ ਹੈ ਕਿ ਗੁਰੂ ਸਾਹਿਬ ਨੇ ਕਿਹਾ, ਉਹ ਕਹਿਣ ਲੱਗਾ ਤੂੰ ਮਤਲਬ ਦੀ ਗੱਲ ਦੱਸ। ਬੜਾ ਸੋਹਣਾ, ਕਿਉਂਕਿ ਗੁਰੂ ਸਾਹਿਬ ਤੋਂ ਉਮਰ 'ਚ ਵਡੇਰਾ ਸੀ ਭਾਈ ਮਰਦਾਨਾ, ਅਤੇ ਉਹ ਕਹਿਣ ਲੱਗੇ ਕਿ ਤੇਰੇ ਇਸ ਸ਼ਬਦ, ਤੇਰੇ ਇਸ ਰਬਾਬ ਦੇ ਵਿੱਚ ਜੇਕਰ ਸ਼ਬਦ ਪਾ ਕੇ ਗਾਇਨ ਕਰੀਏ ਤਾਂ ਫਿਰ ਸਾਡਾ ਦੀਨ ਔਰ ਦੁਨੀ ਸਵਰ ਜਾਏ। ਵਾਹਿਗੁਰੂ। ਇਹਦਾ ਮਤਲਬ ਇਹ ਹੋ ਗਿਆ ਕਿ ਉਹ ਜਿਹੜਾ ਸੰਗੀਤ ਦੇ ਵਿੱਚ ਜੇ ਤਾਂ ਸ਼ਬਦ ਪਾ ਕੇ ਗਾਇਨ ਕੀਤਾ ਜਾਏ ਤਾਂ ਉਹ ਸਾਰਥਕ ਹੈ, ਤਾਂ ਉਹ ਦੀਨ ਦੁਨੀ ਦੋਨੋਂ ਸਵਾਰੇਗਾ। ਕੀ ਇਸੇ ਉਪਰਾਲੇ ਨੂੰ ਲੈ ਕੇ ਤੁਸੀਂ ਇਹ ਸਾਰਾ ਕਾਰਜ ਆਰੰਭਿਆ? ਬਿਲਕੁਲ ਅੰਬ ਸਾਹਿਬ, ਜਿਹੜਾ ਰਾਗ ਹੈ ਉਹ ਇੱਕ ਬੈਰਲ ਹੈ ਜੀ, ਸ਼ਬਦ ਇੱਕ ਬੁਲਟ ਹੈ ਜੀ। ਜੇ ਤਾਂ ਅਸੀਂ ਨਿਸ਼ਾਨਾ ਲਗਾਉਣਾ ਹੈ ਜੀ, ਵਿੱਚ ਦੀ ਲੰਘਣੀ ਹੈ ਚੀਜ਼ ਤੇ, ਫਿਰ ਸਾਨੂੰ ਬੈਰਲ ਥਾਣੀ ਫਾਇਰ ਕਰਨਾ ਪਏਗਾ। ਉਹਦੀ ਜੁਗਤ ਹੈ, ਰਾਗ ਇੱਕ ਜੁਗਤ ਹੈ। ਰਾਗ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਸੀਸ ਹੈ, ਸਾਨੂੰ ਉਹਨਾਂ ਨੇ ਲਿਖ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ, ਇਸ ਸ਼ਬਦ ਨੂੰ ਇਸ ਰਾਗ ਨਾਲ ਗਾਉਣਾ ਹੈ। ਬਿਲਕੁਲ, ਹਾਂਜੀ, ਸਾਨੂੰ ਕੋਈ ਆਪਸ਼ਨ ਨਹੀਂ ਦਿੱਤਾ ਜੀ। ਜੀ ਹਾਂਜੀ, ਸਾਡੇ ਲਈ ਮਾਧਿਅਮ, ਸਾਡੇ ਲਈ ਜੁਗਤ ਸਾਰੀ ਬਣਾ ਕੇ ਕੰਪਲੀਟ ਕਰਕੇ ਸਾਡੇ ਟੀਚਰ ਨੇ, ਅਧਿਆਤਮ ਦੇ ਟੀਚਰ ਨੇ ਸਾਡੇ ਲਈ ਸਭ ਕੁਛ ਬਣਾ ਕੇ ਵਾਹਿਗੁਰੂ ਤੱਕ ਕਿਵੇਂ ਉੱਪੜਨਾ ਹੈ। ਸਾਡੇ ਸਤਿਗੁਰੂ ਨੇ ਸਾਨੂੰ ਜੁਗਤ ਕੱਢ ਕੇ ਦੇ ਦਿੱਤੀ। ਸੋ ਤੁਸੀਂ ਬੜਾ ਸੋਹਣਾ ਲਫ਼ਜ਼ ਵਰਤਿਆ ਹੈ ਕਿ ਮਾਧਿਅਮ ਹੈ। ਹਾਂਜੀ, ਸੋ ਮਾਧਿਅਮ ਤੇ ਧੇ ਵਿੱਚ ਫਰਕ ਹੁੰਦਾ ਹੈ। ਬਿਲਕੁਲ। ਸੋ ਇਹਦਾ ਮਤਲਬ ਇੱਕ ਇਹਨੂੰ ਮਾਧਿਅਮ ਹੈ, ਪਰ ਜੇ ਅਗਰ ਕੇਵਲ ਅਗਰ ਵਿੱਚੋਂ ਗੁਰਬਾਣੀ ਨਿਕਲ ਜਾਏ, ਸ਼ਬਦ ਨਿਕਲ ਗਿਆ, ਕੇਵਲ ਸੰਗੀਤ, ਫਿਰ ਕੋਈ ਫਿਰ ਤਾਂ ਬਰਬਾਦੀ ਦਾ ਘਰ ਹੈ ਜੀ। ਜੀ ਦੇਖੋ, ਹੁਣ ਪੱਬਾਂ ਕਲੱਬਾਂ 'ਚ ਇਹੀ ਸੰਗੀਤ ਵੱਜਦਾ ਜੀ। ਜੇ ਇਹ ਉਹੀ ਸੰਗੀਤ ਹੈ ਜਿਹੜਾ ਜ਼ਿੰਦਗੀ 'ਚ ਸ਼ੇਕ ਦੇ ਸ਼ੇਕ ਕਰ ਸਕਦਾ, ਗਾ ਸਕਦਾ ਜ਼ਿੰਦਗੀ। ਤੁਸੀਂ ਬਹੁਤੇ ਸਾਰੇ ਗਵਾਈਆਂ ਨੂੰ ਦੇਖਿਆ ਹੋਏਗਾ, ਉਹਨਾਂ ਦਾ ਜੀਵਨ ਜਿਹੜਾ ਹੈ ਨਾ, ਉਹ ਇੰਨਾ ਇਸ ਪੱਧਰ ਦਾ ਹੁੰਦਾ ਕਿ ਅਸੀਂ ਉਹਨਾਂ ਨੂੰ ਘਰ ਲਿਆਉਣ ਕੇ ਵੀ ਨਹੀਂ ਰਾਜ਼ੀ। ਪਰ ਇਹ ਸਿਰਫ ਬਾਣੀ ਦੀ ਪਾਰਸ ਕਲਾ ਹੀ ਹੈ ਕਿ ਉਹਦੇ ਮੂਹਰੇ ਸਿਰ ਝੁਕਾਉਣ ਨੂੰ ਚਿੱਤ ਕਰਦਾ। ਹਰੇਕ ਚੀਜ਼ ਦੇ ਦੋ ਪੱਖ ਹੁੰਦੇ ਨੇ ਹਾਂਜੀ, ਜੇ ਦਿਨ ਹੈ ਤੇ ਰਾਤ ਹੈ, ਪਰ ਦਿਨ ਤੋਂ ਬਗੈਰ ਰਾਤ ਦਾ ਵੀ ਕੋਈ ਮਤਲਬ ਨਹੀਂ, ਰਾਤ ਤੋਂ ਬਗੈਰ ਦਿਨ ਦੀ ਐਪਰੀਸੀਏਸ਼ਨ ਵੀ ਕੋਈ ਨਹੀਂ। ਇਸੇ ਤਰ੍ਹਾਂ ਹੀ ਰਾਗ ਦੇ ਦੋ ਪਹਿਲੂ ਨੇ, ਇੱਕ ਤਾਂ ਹੈ ਇੰਟਰਟੇਨਮੈਂਟ, ਇੱਕ ਹੈ ਇਨਰਟੇਨਮੈਂਟ। ਜਿਹੜਾ ਇਨਰਟੇਨਮੈਂਟ ਐਸਪੈਕਟ ਹੈ ਉਹ ਹੈ ਗੁਰਮਤਿ ਸੰਗੀਤ ਦਾ, ਕੀਰਤਨ ਦਾ। ਨਾਨਕ ਕਹੇ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਉਹ ਕੀਰਤਨ ਇੱਦਾਂ ਦਾ ਗਾਵੀਏ, ਇੱਦਾਂ ਦਾ ਸੁਣੀਏ ਜਿੱਦਾਂ ਗੁਰੂ ਬਾਬਾ ਕਹਿੰਦੇ, ਗਾਵਿਆ ਸੁਣਿਆ ਮਨ ਰੱਖੀਐ ਭਾਉ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਹੁਣ ਇਸ ਗਾਉਣੇ ਦਾ ਤੇ ਬਾਹਰ ਦੇ ਰਾਗਾਂ ਦਾ ਬਹੁਤ ਫਰਕ ਹੈ, ਬਹੁਤ ਫਰਕ ਹੈ ਜੀ। ਜੀ, ਇਹਨੂੰ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਨੇ ਇੱਕ ਛੋਟਾ ਜਿਹਾ ਇੱਕ ਟਿੱਪਣੀ ਦਿੱਤੀ ਸੀ, ਪਤਾ ਨਹੀਂ ਤੁਸੀਂ ਉਹਦੇ ਨਾਲ ਕਿੰਨੇ ਸਹਿਮਤ ਹੋਵੋਗੇ। ਉਹਨਾਂ ਨੂੰ ਪੁੱਛਿਆ ਜੀ ਚੰਗੇ ਸੰਗੀਤ ਅਤੇ ਮਾੜੇ ਸੰਗੀਤ 'ਚ ਫਰਕ ਕੀ ਹੈ? ਕਹਿੰਦੇ ਚੰਗੇ ਸੰਗੀਤ ਨਾਲ ਸਿਰ ਹਿਲਦਾ, ਭੈੜੇ ਸੰਗੀਤ ਨਾਲ ਪੈਰ ਹਿਲਦੇ। ਦੇਖੋ ਜੀ, ਇੱਕ ਸੰਗੀਤ ਗੁਰੂ ਨਾਨਕ ਦਾ ਸੰਗੀਤ ਹੈ ਜਿਹਨੂੰ ਕਹਿੰਦੇ ਗੁਰਮਤਿ ਸੰਗੀਤ ਜੀ। ਉਹਦੇ ਨਾਲ ਮਨ ਹਿਲਦਾ, ਆਤਮਾ ਹਿਲਦੀ ਹੈ, ਉਹਦੇ ਨਾਲ ਜੀਵਨ ਨੂੰ ਉਹ ਹੁਲਾਰਾ ਆਉਂਦਾ ਜਿਹੜਾ ਅਨਹਦ ਵਿੱਚ ਲੈ ਜਾਂਦਾ, ਜਿੱਥੇ ਨਾ ਬੋਲਣ ਦੀ ਲੋੜ, ਨਾ ਸੋਚਣ ਦੀ ਲੋੜ, ਨਾ ਕਹਿਣ ਦੀ, ਨਾ ਸਹਿਣ ਦੀ, ਕੁਛ ਨਹੀਂ ਕਰਨ ਦੀ ਲੋੜ, ਉੱਥੇ ਤੇ ਸਭ ਕੁਛ ਇੱਕ ਪੱਧਰਾ ਸਹਿਜ ਅਵਸਥਾ ਸਹਿਜ ਅਵਸਥਾ ਦਿੰਦਾ। ਸੋ ਇਸੇ ਕਰਕੇ ਜਿਹੜੇ ਸੰਗੀਤ ਦਾ ਗਲਤ ਪੱਖ ਨੂੰ ਹੀ ਲੈ ਕੇ ਇਸ ਨੂੰ ਮੌਸੀਕੀ ਨੂੰ ਹਰਾਮ ਵੀ ਕਿਹਾ ਗਿਆ ਔਰ ਇਸ ਦੇ ਨਾਲ ਇੰਨੀ ਨਫ਼ਰਤ ਵੀ ਕੀਤੀ ਗਈ, ਪਰ ਗੁਰੂ ਨਾਨਕ ਸਾਹਿਬ ਦੇ ਉਹ ਸਾਰੇ ਡਾਇਮੈਂਸ਼ਨ, ਉਹ ਸਾਰੀਆਂ ਜਿਹੜੀਆਂ ਤਬਦੀਲ ਕਰਕੇ ਰੱਖ ਦਿੱਤੀਆਂ, ਇਹ ਮੇਰਾ ਖਿਆਲ ਹੈ ਕਮਾਲ ਹੈ। ਔਰ ਉਹ ਜਿਹੜੀਆਂ ਸਿੱਧੀਆਂ ਸਾਦੀਆਂ ਸੁਰਾਂ, ਜਿਹੜੀਆਂ ਗੁਰੂ ਸਾਹਿਬ ਦੀਆਂ ਰੀਤਾਂ, ਹਾਂਜੀ, ਜਿਹਨੂੰ ਬਹੁਤ ਸੋਹਣਾ ਤੇਜਾ ਸਿੰਘ ਸਾਬਰ ਨੇ ਮਤਲਬ ਇਤਨੀਆਂ ਸ਼ਾਨਦਾਰ ਉਹ ਦੋ ਲਾਈਨਾਂ ਲਿਖੀਆਂ ਸੀ ਕਿ ਕਹਿੰਦਾ ਸੁੱਕੀ ਜੀ ਲੱਕੜੀ ਨੂੰ ਇੱਕ ਦੋ ਨੇ ਤਾਰਾਂ, ਜਦੋਂ ਨਾਲ ਗਾਵੇ ਨਸ਼ਾ ਹੁੰਦਾ ਜਾਂਦਾ, ਬੜੇ ਸੋਹਣੇ ਸੋਹਣੇ ਬੜੇ ਮਿੱਠੇ ਮਿੱਠੇ ਉਹ ਨਗਮੇ ਸੁਣਾਉਂਦਾ, ਕਰਤਾਰ 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 ਕਹਿੰਦਾ, ਅਤੇ ਸੱਚਮੁੱਚ ਹੀ ਕਰਤਾ ਉਹ ਦਿਸਦਾ ਦਸਾਉਂਦਾ, ਕਿਉਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋ ਫਿਰਦਾ ਫਿਰਾਂਦਾ ਉਹ ਰਬਾਬੀ ਵੀ ਡਿੱਠ ਹੈ, ਹਾਂ ਜੀ ਕਿਸੇ ਨੇ ਕਿਤੇ ਇਸ ਤਰ੍ਹਾਂ ਦਾ ਕੋ ਫਿਰਦਾ ਫਿਰਾਂਦਾ ਉਹ ਰਾਗੀ ਵੀ ਡਿੱਠ ਹੈ। ਸੋ ਉਹ ਜਿਹੜੀ ਰਬਾਬ ਹੈ, ਉਹ ਜਿਹੜੀ ਗੁਰੂ ਸਾਹਿਬ ਦੀ ਰਬਾਬ ਸੀ, ਜਿਨ੍ਹਾਂ ਨੇ ਮਨ ਨੂੰ ਟੇਕ ਕੇ ਜਿਨ ਮਾਨਸ ਦੇ ਦੇਵਤੇ ਕੀ ਉਹ ਰਬਾਬ ਇੱਕ ਸਾਧਨ ਬਣਿਆ ਉਹਦੇ ਵਿੱਚ ਸ਼ਬਦ ਪਾ ਕੇ, ਉਹ ਰਬਾਬ ਕਿਉਂ ਗਵਾਚ ਗਈ? ਉਹ ਗਵਾਚਣ ਦੇ ਦੋ ਢੰਗ ਸੀ ਜੀ। ਜੀ, ਇੱਕ ਤਾਂ
ਤੁਸੀਂ ਸ਼ਾਇਦ ਮੇਰੀ ਗੱਲ ਨਾਲ ਸਹਿਮਤ ਨਾ ਹੋ, ਇੱਕ ਤਾਂ ਜਿਹੜੇ ਧਾੜਵੀ ਲੋਕ ਆਏ ਬਾਹਰੋਂ ਲੋਕੀ ਜਿਨ੍ਹਾਂ ਨੇ ਆਪਣਾ ਸਮਾਨ ਵੇਚਣਾ ਸੀ, ਜਿਨ੍ਹਾਂ ਨੇ ਆਪਣਾ ਧਰਮ ਵੇਚਣਾ ਸੀ, ਆਪਣੇ ਸਾਜ ਕੋਈ ਵੀ ਚੀਜ਼ ਉਹਨਾਂ ਦੇ ਹੱਥ ਆਉਂਦੀ ਉਹ ਹਿੰਦੁਸਤਾਨ ਵਿੱਚ ਵੇਚਣ ਦੀ ਕੋਸ਼ਿਸ਼ ਕਰਦੇ, ਹਾਰਮੋਨੀਅਮ ਨੂੰ ਵੇਚਣ ਦੀ ਕੋਸ਼ਿਸ਼ ਨੇ, ਰਬਾਬ ਨੂੰ, ਸਰੰਦੇ ਨੂੰ, ਸਰੰਗੀ ਨੂੰ, ਜੋੜੀ ਨੂੰ, ਤਾਊਸ ਅਤੇ ਦਿਲੁਬਾ, ਇਹ ਸਿੱਖਾਂ ਦੇ ਸਾਜ ਨੇ ਛੇ ਜਿਹੜੇ ਗੁਰੂਆਂ ਦੇ ਦਰਬਾਰ ਵਿੱਚੋਂ ਉਤਪੰਨ ਹੋਏ ਜਾਂ ਜਿੱਥੇ ਇਹਨਾਂ ਨੂੰ ਠਾਰ ਮਿਲੀ। ਨਹੀਂ ਜੀ, ਹਾਰਮੋਨੀਅਮ ਹਾਰਮਨੀ ਪੈਦਾ ਕਰਨ ਵਾਲਾ ਸਾਰਿਆਂ 1919 ਵਿੱਚ ਹਾਰਮੋਨੀਅਮ ਧੱਕੇ ਨਾਲ ਸਿੱਖਾਂ 'ਚ ਵਾੜੇਗਾ, ਧੱਕੇ ਨਾਲ। ਹਾਂਜੀ, ਫੈਬਰਵਰੀ 1919 ਦੇ ਵਿੱਚ ਜੋ ਰਜਮੈਸ਼ ਹੋਈ ਕਿ ਆ ਬਾਕੀ ਦੇ ਸਾਜ ਤੁਸੀਂ ਪਰਾਂ ਰੱਖ ਦਿਓ, ਤੁਹਾਨੂੰ ਤੁਸੀਂ ਇਹਨੂੰ ਵਰਤੋ, ਅਤੇ ਉਹਦੇ ਨਾਲ ਜਿਹੜੀਆਂ ਗ੍ਰਾਂਟਾਂ ਮਿਲੀਆਂ ਉਹਦੇ ਨਾਲ ਜਿਹੜੀ ਬੱਲੇ ਬੱਲੇ ਮਿਲੀ, ਜਿਹਨਾਂ ਨੇ ਨਹੀਂ ਅਡਾਪਟ ਕੀਤਾ ਉਹਨਾਂ ਨੂੰ ਕਾਲ ਕੋਠੜੀਆਂ 'ਚ ਸਿੱਟਿਆ। ਇਹ ਤਾਂ ਆਪਾਂ ਥੋੜ੍ਹਾ ਜਿਹਾ ਪਿੱਛੇ ਨੂੰ ਜਾਈਏ ਅਤੇ ਆਪਾਂ ਇਹ ਸਮਝ ਸਕਦੇ ਹਾਂ ਕਿ ਇਹ ਰਿਕਾਰਡਡ ਹੈ, ਇਹ ਕਿਉਂਕਿ ਬੜਾ ਗੰਭੀਰ। ਦੇਖੋ ਜੀ, ਜੈਤੋ ਦੇ ਮੋਰਚੇ ਤੋਂ ਲੈ ਕੇ ਤੁਸੀਂ ਬਾਅਦ 'ਚ ਸਾਰਾ ਕੁਝ ਰਿਕਾਰਡਡ ਹੈ, ਅਵੇਲੇਬਲ। ਪਰ ਇਹ ਕਿ ਉਹ ਜਿਹੜੇ ਸਾਡੇ ਸਾਜ਼ ਗੁਆਚਣ ਦਾ ਕਾਰਨ ਇਹ ਸੀਗਾ, ਹਾਰਮੋਨੀਅਮ ਵੇਚਣ ਦੇ ਲਈ ਕੀਤੇ ਗਏ, ਇਹ ਰਿਕਾਰਡਡ ਹੈ ਕਿ? ਬਿਲਕੁਲ ਜੀ, ਦੇਖੋ ਅੱਜ ਹਿੰਦੁਸਤਾਨ ਦੀ ਧਰਤੀ 'ਚ ਚਾਹੇ ਤੁਸੀਂ ਆਲ ਇੰਡੀਆ ਮਤਲਬ ਰਿਕਾਰਡਡ ਹਿਸਟਰੀ 'ਚ ਹੈ ਕਿ? ਆਲ ਇੰਡੀਆ ਰੇਡੀਓ ਦਾ ਤੁਸੀਂ ਸਿਸਟਮ ਖੋਲ੍ਹ ਕੇ ਦੇਖ ਲਓ, ਬੇਸਿਕਲੀ ਉਹ ਤਾਂ ਇੱਕ ਸਰਕਾਰੀ ਮਾਧਿਅਮ ਹੈ। ਆਲ ਇੰਡੀਆ ਰੇਡੀਓ 'ਚ 70 ਸਾਲ ਬੈਨ ਰਿਹਾ ਜੀ ਹਾਰਮੋਨੀਅਮ ਕਾਤੋਂ ਜੀ ਜੀ। ਜੇ ਗਾਇਕਾਂ ਦੀ ਸਫ਼ਾਂ ਦੇ ਵਿੱਚ ਘਰਾਣਿਆਂ 'ਚ ਜਾ ਕੇ ਦੇਖ ਲਓ, ਉੱਥੇ ਇਹਨੂੰ ਜਿੱਦਾਂ ਸ਼ੂਦਰ ਕਰਕੇ ਨਾ ਪਰਾਂ ਬਿਠਾ ਦਿੰਦੇ ਸੀ ਜਾਤੀਵਾਦ ਵਾਲੇ ਲੋਕ, ਇਸੇ ਤਰ੍ਹਾਂ ਵਾਜੇ ਨੂੰ ਇੱਕ ਥਾਂ ਉਹ ਦਿੱਤੀ ਨਹੀਂ ਗਈ। ਕਾਰਨ ਉਹਦਾ ਬਹੁਤ ਵਧੀਆ ਸੀ, ਅਸੀਂ ਗ੍ਰਾਮ ਮੂਰਛਨਾ ਦੇ ਘਰੋਂ ਉੱਠੇ ਲੋਕ, ਅਸੀਂ ਜਿਹੜੇ ਅਧਿਆਤਮ ਦੇ ਕੀਰਤਨ ਦੀ ਗੱਲ ਕਰਦੇ ਹਾਂ ਨਾ, ਉੱਥੇ ਸ਼ਰੂਤੀ ਦੀ ਵਰਤੋਂ ਹੁੰਦੀ ਹੈ ਅਹਿਸਾਸ ਨੂੰ ਜਗਾਉਣ ਲਈ, ਘਰ ਦੀ ਵਰਤੋਂ ਜਿਹੜੀ ਸ਼ਰੂਤੀ ਦੀ ਵਰਤੋਂ, ਘਰ ਪਹਿਲਾ, ਘਰ ਦੂਜਾ, ਸ਼ਰੂਤੀ ਪਹਿਲੀ, ਸ਼ਰੂਤੀ ਦੂਸਰੀ, ਸ਼ਰੂਤੀ ਤੀਸਰੀ ਇਨਫਲੂਐਂਸ ਕਰੇਗੀ। ਹੁਣ ਵਾਜੇ 'ਤੇ ਉਹ ਹੋ ਨਹੀਂ ਸਕਦਾ, ਉੱਥੇ ਸਟੈਟਿਕ ਨੋਟ ਹੈ, ਅਤੇ ਇਸ ਕਰਕੇ ਇਹਦਾ ਜਿਹੜਾ ਇਹ ਸੌਖਾ ਹੋ ਗਿਆ, ਕਿਉਂਕਿ 22 ਸ਼ਰੂਤੀਆਂ ਦੀ ਸਾਧਨਾ ਕਰਨ ਨਾਲੋਂ 12 ਸੁਰ ਤੁਸੀਂ ਉਹ ਵੀ ਉਹ ਉੱਥੇ ਦੇ ਉੱਥੇ ਰਹਿਣੇ, ਕੋਈ ਸੁਰ ਨਹੀਂ ਕਰਨਾ, ਥੋੜ੍ਹਾ ਚੱਕਿਆ ਲੈ ਗਏ। ਇਹ ਸਾਰਾ ਰਿਕਾਰਡਿਡ ਹੈਗਾ, ਅਵੇਲੇਬਲ। ਪ੍ਰੋਫੈਸਰ, ਬੜੀ ਇੱਕ ਹੈਰਾਨੀ ਹੁੰਦੀ ਹੈ, ਦੇਖੋ ਸਾਡੇ ਹਥਿਆਰ, ਸਾਡਾ ਸਰੂਪ, ਸਾਡੀਆਂ ਸਾਰਾ ਕੁਛ, ਸਾਡੇ ਕਕਾਰ, ਉਹਦੇ ਵਿੱਚ ਅੰਗਰੇਜ਼ਾਂ ਨੇ ਬਲਕਿ ਕੋਈ ਦਖਲ ਨਹੀਂ ਦਿੱਤਾ, ਖਾਸ ਕਰਕੇ ਉਹਨਾਂ ਨੇ ਬਲਕਿ ਪਾਹੁਲ ਵੀ ਜਿਹੜੀ ਸੀ ਉਹ ਇੱਕ ਕੰਪਲਸਰੀ ਰੱਖੀ ਫੌਜ ਦੇ ਵਿੱਚ ਵੀ। ਪਰ ਇਹ ਇੱਕ ਬੜੀ ਹੈਰਾਨੀ ਨਹੀਂ ਹੋ ਰਹੀ ਕਿ ਸਾਡੇ ਸਾਜ਼ ਵੀ ਠੀਕ ਹੈ ਆਪਣੇ ਨਵੇਂ ਲਿਆਂਦੇ ਜਾਣ, ਪਰ ਇਹ ਉਹਨਾਂ ਨੇ ਕਿਧਰੇ ਕੀਤਾ ਕਿ ਤੁਹਾਡੇ ਸਾਜ਼ ਸਾਨੂੰ ਦੇ ਦਿਓ, ਅਸੀਂ ਤੁਹਾਡੇ ਕੋਲ। ਇਹ ਤਾਂ ਬੜੀ ਹੈਰਾਨੀ ਵਾਲੀ ਗੱਲ ਹੋ ਗਈ ਲਾਂਬਾ ਸਾਹਿਬ, ਵੀ ਹਜ਼ਾਰਾਂ ਦੀ ਗਿਣਤੀ 'ਚ ਰਬਾਬ ਹੋਵੇ ਪੰਜਾਬ 'ਚ ਜੀ, ਗੁਰੂ ਨਾਨਕ ਦਾ ਸਾਜ਼ ਹੋਵੇ ਜੀ, ਅਤੇ ਹੁਣ ਵੇਖਣ ਨੂੰ ਮਿਲੇ ਇੱਕ ਉਹ ਵੀ ਮੰਡੀ। ਸਿੱਖ ਤਾਂ ਸਾਰੀ ਥਾਂ 'ਤੇ ਸੀ, ਕਾਬਲ ਵਿੱਚ ਵੀ ਸੀ, ਕੰਧਾਰ ਵਿੱਚ ਵੀ, ਅਫਗਾਨਿਸਤਾਨ ਵਿੱਚ ਵੀ, ਦੂਜੇ ਮੁਲਕਾਂ 'ਚ। ਦੇਖੋ ਹੁਣ ਜਿਹੜਾ ਮਤਲਬ ਜਿੱਥੇ ਸਾਰੀ ਥਾਂ ਤੋਂ ਇੱਕਦਮ ਚਲੇ ਜਾਣਾ ਬੜਾ ਇੱਕ ਨਹੀਂ ਬਿਲਕੁਲ ਨਹੀਂ, ਸਰੰਦਾ ਹਜੇ ਵੀ ਕਾਬਲ ਦੇ ਵਿੱਚ ਜਿਹੜੀਆਂ ਸੰਗਤਾਂ ਨੂੰ ਦਿੱਤਾ ਸੀ, ਹਜੇ ਰਬਾਬ ਨਹੀਂ, ਸਰੰਦਾ ਸਤਿਗੁਰੂ ਅਰਜਨ ਮਹਾਰਾਜ ਨੇ ਉਹਨਾਂ ਨੂੰ ਗਿਫਟ ਕਰਕੇ ਦਿੱਤਾ ਸੀ, ਉਹ ਹਜੇ ਵੀ ਚੱਲ ਰਿਹਾ। ਕਾਬਲੀ ਰਬਾਬ ਇੱਕ ਵੱਖਰਾ ਸਾਜ਼ ਹੈ, ਉਹਦਾ ਇੱਕ ਨੈਸ਼ਨਲ ਜਿਹੜਾ ਸਾਜ਼ ਹੁੰਦਾ ਹੈ ਨਾ ਤੁਹਾਡਾ, ਉਹਦੇ ਕੰਪੀਟੀਸ਼ਨ 'ਚ ਆ ਜਾਣਾ ਕਿਸੇ ਹੋਰ ਗਿਫਟ ਵੱਲੋਂ, ਉਹ ਥੋੜ੍ਹੀ ਜਿਹੀ ਮੁਸ਼ਕਲ, ਕਿਉਂਕਿ ਅਫਗਾਨੀ ਸਾਰੇ ਸਿੱਖ ਨਹੀਂ ਸਨ, ਸਿੱਖਾਂ ਦੀ ਗਿਣਤੀ ਛੋਟੀ ਸੀ, ਪਰ ਉੱਥੇ ਸਰੰਦਾ ਜਿਹੜਾ ਹੈ ਨਾ ਉਸ ਇਲਾਕੇ ਦੇ ਵਿੱਚ, ਜੇ ਸਰੰਦੇ ਦੀ ਭਰਮਾਰ ਹੋਈ, ਅੱਜ ਪਸ਼ਤੂਨ ਸਰੰਦਾ ਵੱਜਦਾ, ਗੁਰੂ ਅਰਜਨ ਮਹਾਰਾਜ ਦਾ ਸਰੰਦਾ ਥੋੜ੍ਹਾ ਜਿਹਾ ਦਿੱਖ 'ਚ, ਥੋੜ੍ਹਾ ਜਿਹਾ ਵਜਾਉਣ ਸ਼ੈਲੀ ਉਹਦੀ ਵੱਖਰੀ ਹੈ, ਪਰ ਸਰੰਦੇ ਦਾ ਜੇ ਮਾੜਾ ਮੋਟਾ ਕੁਛ ਉਗ ਸੁਗ ਲੱਗਦੀ ਹੈ ਉਹ ਅੱਜ ਕਾਬਲ 'ਚ ਹੀ ਲੱਗਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ, ਆਪਾਂ 500 ਸਾਲ ਪਿੱਛੇ ਨਾ ਜਾਈਏ, 300 ਸਾਲ ਹੀ ਜਾਈਏ, ਤਾਊਸ ਦਿਲਰੁਬਾ ਉਹ ਨਹੀਂ ਲੱਭਦੇ ਸਾਨੂੰ ਕਾਹਤੋਂ, ਅੱਜ ਬੋਸਟਨ ਦੇ ਵਿੱਚ ਜਾਂ ਮੈਟਰੋਪੋਲੀਟਨ ਮਿਊਜ਼ੀਅਮ ਜਿਹੜਾ ਨਿਊਯਾਰਕ ਜਿੱਥੇ ਆਪਾਂ ਬੈਠੇ ਹਾਂ ਹੁਣ, ਚਾਹੇ ਵਿਕਟੋਰੀਆ ਆਲਬਰਟ ਮਿਊਜ਼ੀਅਮ ਇੰਗਲੈਂਡ ਦੇ ਵਿੱਚ, ਹਾਨਮਨ ਮਿਊਜ਼ੀਅਮ, ਉੱਥੇ ਮਿਲਦਾ ਸਭ ਕੁਝ, ਅਤੇ ਸਾਡੇ ਘਰ ਕੁਛ ਹੈ ਨਹੀਂ। ਪਰ ਇਹਦਾ ਕਾਰਨ ਇਹ ਤਾਂ ਨਹੀਂ ਕਿ ਸਾਡਾ ਆਪਣਾ ਵੇਸਲਾਪਨ ਜ਼ਿਆਦਾ ਹੈ, ਜਿਵੇਂ ਹੁਣ ਅਸੀਂ ਉੱਥੋਂ ਵੀ ਅੱਗੇ ਤੁਰ ਕੇ ਅਤੇ ਉਹ ਜਿਹੜੇ ਨਵੇਂ ਇਲੈਕਟ੍ਰੋਨਿਕ ਸਾਜ਼ ਜਿਹੜੇ ਆ ਉਹ ਆ ਗਏ, ਅਤੇ ਲਾਂਬਾ ਸਾਹਿਬ ਮੈਂ ਤਾਂ ਬਹੁਤ ਸਿੰਪਲ ਜੀ ਮੇਰੀ ਵਿਚਾਰਧਾਰਾ ਜੀ, ਇੱਕ ਸਮਾਂ ਸੀ ਜੀ ਜਦੋਂ ਟਕਾ ਟਕਾ ਮੁੱਲ ਪੈਂਦਾ ਸੀ, ਪੈਸਾ ਪੈਸਾ ਸਾਡੇ ਸਿਰਾਂ ਦਾ,
ਉਦਣ ਮੋਢੇ ਤੋਂ ਰਬਾਬ ਨਹੀਂ ਉਤਰੀ ਉਦਣ ਜੋੜੀ ਚੱਕ ਕੇ ਵੀ ਯੂ ਨੋ ਨਵਾਬ ਕਪੂਰ ਸਿੰਘ ਵਰਗੇ ਸਰਦਾਰ ਜਿਹੜੇ ਸੇਵਾ ਕਰਦੇ ਜੋੜੀ ਵਜਾਉਂਦੇ ਰਹੇ ਸੇਵਾ ਕਰਦੇ ਰਹੇ ਹੁਣ ਸਿਰਫ ਜਿਹੜੀ ਗੱਲ ਹੈ ਉਹ ਨਾ ਤਾਂ ਰਬਾਬ ਦੀ ਨਾ ਸਰੰਦੇ ਦੀ ਗੱਲ ਐਕਚੁਲੀ ਜਿੱਥੇ ਪ੍ਰੋਬਲਮ ਹੈ ਉਹ ਹੈ ਗੁਰੂ ਦੀ ਜੇ ਗੁਰੂ ਨਾਲੋਂ ਇੰਨੇ ਟੁੱਟ ਗਿਆ ਜੇ ਧੰਨ ਗੁਰੂ ਨਾਨਕ ਤੇ ਯਕੀਨ ਹੀ ਨਹੀਂ ਰਿਹਾ ਹਾਂਜੀ ਕਹਿੰਦੇ ਅਸੀਂ ਹੈ ਸੁਣਦੇ ਸੁਣਿਆ ਦੁੱਖ ਪਾਪ ਕਾ ਨਾਸ ਕੋਈ ਨਾਨਕ ਗੁਰੂ ਨੂੰ ਸੁਣਦਾ ਤਾਂ ਨਹੀਂ ਸਤਿਗੁਰੂ ਕਹਿੰਦਾ ਗਾਵਿਆ ਸੁਣਿਆ ਮਨ ਰੱਖਿਆ ਭਾਵ ਉਹਦੀ ਬਾਣੀ ਨੂੰ ਉਲਟਾ ਉਲਟਾ ਕੇ ਆਸਾ ਨੂੰ ਬਗੇਸ਼ਰੀ ਚ ਬਣਾ ਕੇ ਆਸਾ ਨੂੰ ਮਾਲਕੋਂ ਚ ਬਣਾ ਕੇ ਆਸਾ ਨੂੰ ਹੋਰ ਹੀ ਕਿਸੇ ਰਾਗ ਚ ਬਣਾ ਕੇ ਜਦੋਂ ਗੁਰੂ ਚ ਯਕੀਨ ਨਹੀਂ ਰਿਹਾ ਫਿਰ ਉਸ ਗੁਰੂ ਦੀ ਰਬਾਬ ਕਿਹਨੇ ਚੱਕਣੀ ਗੁਰੂ ਔਰ ਗੁਰੂ ਪਰਮੇਸ਼ਰ ਚ ਕੋਈ ਫਰਕ ਤੇ ਹੈ ਬਿਲਕੁਲ ਕੋਈ ਫਰਕ ਕਿਉਂਕਿ ਗੁਰੂ ਹੀ ਉਹ ਮਾਧਿਅਮ ਹੈ ਜਿਹੜਾ ਗੁਰ ਪਰਮੇਸ਼ਰ ਤੱਕ ਹੋਰ ਕੋਈ ਜ਼ਰੀਆ ਹੀ ਨਹੀਂ ਕੋਈ ਇੱਕੋ ਹੀ ਦਰਵਾਜ਼ਾ ਖੋਲ ਸਕਦਾ ਗੁਰ ਪਰਮੇਸ਼ਰ ਤੇ ਗੁਰੂ ਇੱਕਮਿਕ ਹੀ ਨੇ ਕਿਉਂਕਿ ਜਿਹੜਾ ਉਹਦਾ ਦਰਬਾਨ ਹੈ ਉਹਦੇ ਹਰ ਰੋਜ਼ ਦਰਸ਼ਨ ਕਰਦਾ ਠੀਕ ਹੈ ਤੇ ਇਹ ਜਿਹੜਾ ਹੁਣ ਦੁਬਾਰਾ ਇੱਕ ਕੋਸ਼ਿਸ਼ ਹੋ ਰਹੀ ਹੈ ਦੁਬਾਰਾ ਉਪਰਾਲਾ ਬੜਾ ਗੰਭੀਰ ਕਰ ਰਹੇ ਹੈ ਕਿ ਸ੍ਰੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੁੜ 33 ਸਾਜ਼ਾਂ ਦਾ ਔਰ ਉਹ ਕਿਤਨਾ ਗੰਭੀਰ ਉਪਰਾਲਾ ਕੋਈ ਗੰਭੀਰ ਉਪਰਾਲਾ ਨਹੀਂ ਜੀ ਉਹ ਤਾਂ ਉਹ ਤੇ ਸਿਰਫ ਇੱਕ ਦਿਖਾਵੀ ਪ੍ਰੋਗਰਾਮ ਹੈ ਕਿਉਂਕਿ ਬਾਹਰਲੇ ਮੁਲਕਾਂ ਤੋਂ ਹੁਣ ਜ਼ੋਰ ਪੈ ਰਿਹਾ ਮੇਰੇ 3000 ਸਟੂਡੈਂਟ ਹੈ ਇਸ ਵੇਲੇ ਗੋਰਾ ਜੀ ਜਿਹੜਾ ਸਪੈਨਿਸ਼ ਜਾਂ ਫ੍ਰੈਂਚ ਜਾਂ ਜਰਮਨ ਜਿਹੜੇ 3000 ਬਹੁਤ ਹੀ ਛੋਟੀ ਜਿਹੀ ਨੰਬਰ ਨਹੀਂ ਹੈ ਜੀ ਉਹ ਆਪਣੇ ਖਿੱਤੇ 'ਚ ਪ੍ਰੋਫੈਸ਼ਨਲ ਲੋਕ ਨੇ ਲੜੀਵਾਰ ਪੋਥੀਆਂ 33 ਸਾਜ਼ ਨਿਰਧਾਰਤ ਰਾਗ ਸਿਰਫ ਗਾਉਣ ਸ਼ੈਲੀ ਨਹੀਂ ਉਹਨੂੰ ਜ਼ਿੰਦਗੀ 'ਚ ਆਸਾਂ ਨੂੰ ਅਪਲਾਈ ਕਿੱਥੇ ਕਰਨਾ ਕਿਵੇਂ ਕਰਨਾ ਕਦੋਂ ਕਰਨਾ ਇਹ ਸਾਰੀਆਂ ਚੀਜ਼ਾਂ ਵਿੱਚੋਂ ਦੀ ਵਿਚਰਦੇ ਹੁਣ ਜਦੋਂ ਬਾਹਰੋਂ ਇਹ ਬੰਦੇ ਉੱਥੇ ਜਾਂਦੇ ਨਾ ਉੱਥੋਂ ਇੱਧਰ ਆਉਂਦੇ ਨੇ ਮੈਨੂੰ ਇੱਕ ਵਾਕਿਆ ਯਾਦ ਹੈ 1992 ਦੀ ਗੱਲ ਹੈ ਜੀ ਅਤੇ ਜਥੇਦਾਰ ਮਨਜੀਤ ਸਿੰਘ ਜੀ ਜੀ ਇੰਗਲੈਂਡ ਆਏ ਅਤੇ ਇੱਕ ਛੋਟੇ ਜਿਹੇ ਬੱਚੇ ਨੇ ਸਵਾਲ ਪੁੱਛਿਆ ਬਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਤੁਸੀਂ ਉੱਥੇ ਜਥੇਦਾਰ ਹੋ ਤੁਸੀਂ ਕਿਉਂ ਨਹੀਂ ਲਾਗੂ ਕਰਵਾ ਰਹੇ ਇਸ ਗੱਲ ਨੂੰ ਛੋਟੇ ਜਿਹੇ ਬੱਚੇ ਨੇ ਮੇਰੀ ਕਲਾਸ ਦੇ ਵਿੱਚ ਇਹ ਕੁਐਸਚਨ ਉਹਨਾਂ ਨੂੰ ਕੀਤਾ ਅਤੇ ਉਹ ਜਵਾਬ ਹਜੇ ਤੱਕ ਸਾਨੂੰ ਮਿਲਿਆ ਨਹੀਂ ਇਹ ਰਾਜਨੀਤਿਕ ਜਾਂ ਸਮਾਜਿਕ ਜਿਹੜੀਆਂ ਕੁਰੀਤੀਆਂ ਨੇ ਜੀ ਸਾਨੂੰ ਅਸੀਂ ਜਿੰਨੇ ਮਰਜ਼ੀ ਮਾੜੇ ਹੋਈਏ ਅਸੀਂ ਜਿੰਨੇ ਮਰਜ਼ੀ ਝਗੜਾਲੂ ਹੋਈਏ ਪਰ ਗੁਰੂ ਵਾਲੇ ਪਾਸੇ ਤੇ ਸਾਨੂੰ ਇਹ ਵਿਤਕਰਾ ਨਹੀਂ ਨਾ ਕਰਨਾ ਪੰਜਾਬੀ ਯੂਨੀਵਰਸਿਟੀ ਨੇ ਜਿਹੜਾ ਉਪਰਾਲਾ ਕਰ ਰਹੇ ਹੈ ਡਾਕਟਰ ਗੁਰਨਾਮ ਸਿੰਘ ਜੀ ਦੇ ਮਹਿਕਮਾ ਉਹ ਕਿੱਥੇ ਤੱਕ ਗੰਭੀਰ ਨਹੀਂ ਬਹੁਤ ਵਧੀਆ ਦੇਖੋ ਮੈਂ ਡਾਕਟਰ ਗੁਰਨਾਮ ਸਿੰਘ ਹੋਰਾਂ ਦੀ ਇੱਕ ਗੱਲ ਦਾ ਮੈਂ ਬਹੁਤ ਇੱਥੇ ਉਹਨਾਂ ਦੀ ਵਡਿਆਈ ਕਰਨੀ ਚਾਹਾਂਗਾ ਉਹ ਸਿੰਗਲ ਹੈਂਡਿਡਲੀ ਜੇ ਇੰਡੀਆ ਦੇ ਵਿੱਚ ਕੋਈ ਇਸ ਮੋਰਚੇ ਤੇ ਖੜਾ ਹੈ ਨਾ ਸਿੰਗਲ ਹੈਂਡਿਡਲੀ ਦੈਟਸ ਡਾਕਟਰ ਗੁਰਨਾਮ ਸਿੰਘ ਜੀ ਹਾਂਜੀ ਸਾਡੇ 'ਚ ਬਹੁਤੇ ਸਾਰੇ ਦੇ ਵਿਦਿਆਰਥੀ ਵੀ ਉੱਥੇ ਕੀਰਤਨ ਕਰਦੇ ਹੈ ਦਰਬਾਰ ਸਾਹਿਬ ਦੇਖੋ ਜੇ ਜਦੋਂ ਇੱਕ ਦੋ ਪੀਸਿਸ ਨਾਲ ਕੰਮ ਨਹੀਂ ਹੁੰਦਾ ਜੀ ਜੀ ਦਰਬਾਰ ਸਾਹਿਬ ਤੁਰਾ ਹੈ ਸਿੱਖੀ ਦਾ ਕੇਂਦਰ ਮੈਂ ਪੁੱਛਿਆ ਸੀ ਕਿ ਉਹ ਇੱਕ ਸ਼ੁਰੂਆਤ ਹੈ ਹੋ ਸਕਦੀ ਹੈ ਬਣ ਸਕਦੀ ਹੈ ਜੇ ਤੇ ਅਸੀਂ ਗਲਤ ਤਰੀਕਾ ਜੇ ਮੈਕਨਿਜ਼ਮ ਗਲਤ ਹੋ ਗਿਆ ਜੀ ਨਹੀਂ ਉਹਨਾਂ ਨੇ ਤਰੀਕੇ ਦੇ ਵਿੱਚ ਕੋਈ ਕਮੀ ਦੇਖੋ ਸਮਾਜਿਕ ਤਬਦੀਲੀ ਕੋਈ ਤਬਦੀਲੀ ਨਹੀਂ ਜੀ ਇੱਥੇ ਤਬਦੀਲੀ ਨਿਰਧਾਰਤ ਰਾਗ ਦੀ ਆਉਣੀ ਚਾਹੀਦੀ ਸੀ ਸਾਜ਼ ਦੀ ਨਹੀਂ ਜੀ ਇੱਥੇ ਗੱਲ ਸੀ ਵੀ ਆਸਾ ਦਾ ਸ਼ਬਦ ਆਸਾ 'ਚ ਲਾਗੂ ਕਰੋ ਤੇ ਆਸਾ ਨੂੰ ਵਜਾਉਣ ਲਈ ਤੇ ਫਿਰ ਆਟੋਮੈਟਿਕਲੀ ਸਾਜ਼ ਚੱਕਣੇ ਹੀ ਪੈਣੇ ਸੀ ਹੁਣ ਫਿਲਮੀ ਗਾਣਿਆਂ ਦੇ ਨਾਲ ਉਹੀ ਸਾਜ਼ ਵੱਜਦੇ ਨੇ ਤੇ ਲੋਕੀ ਬਾਹਰ ਇਹ ਭਰਮ ਰੱਖਦੇ ਨੇ ਵੀ ਇਹ ਗੁਰਮਤਿ ਸੰਗੀਤ ਹੋ ਰਿਹਾ ਫਿਰ ਉਹ ਜਿਹੜਾ ਕਈ ਵਾਰੀ ਹੁਣ ਕਈ ਰਾਗੀ ਬਿਲਕੁਲ ਸਿੱਧੇ ਹੀ ਸਪਸ਼ਟ ਹੀ ਕਿ ਜਿਹੜੀ ਫਿਲਮੀ ਟਿਊਨਾਂ ਦੇ ਉੱਤੇ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਬਿਲਕੁਲ ਉਹ ਕਿਤਨਾ ਕੁ ਖਤਰਨਾਕ ਹੈ ਉਹ ਇੰਨਾ ਖਤਰਨਾਕ ਹੈ ਉਹਦੇ ਨਾਲੋਂ ਨਾ ਹੀ ਕਰੀਏ ਤੇ ਚੰਗਾ ਮੇਰੀ ਗੱਲ ਸ਼ਾਇਦ ਤਰੋੜ ਮਰੋੜ ਲੈ ਕਿਉਂਕਿ ਉਹ ਇੱਕ ਦੂਜੇ ਪਾਸੇ ਪ੍ਰੇਰ ਕੇ ਲੈ ਜਾਂਦੇ ਆ ਆਪਣੀ ਮਨ ਨੂੰ ਸੁਰਤੀ ਨੂੰ ਬਿਰਤੀ ਨੂੰ ਇੱਕਦਮ ਹੀ ਦੂਜੇ ਪਾਸੇ ਲੈ ਕੇ ਚਲੇ ਜਾਂਦੇ ਆ ਇੱਕ ਤਾਂ ਪਿੱਤਲ ਹੁੰਦਾ ਜੀ ਲਾਂਬਾ ਸਾਹਿਬ ਇੱਕ ਸੋਨਾ ਹੁੰਦਾ ਉਹਦੇ ਸ਼ਾਇਦ ਭੁਲੇਖਾ ਲੱਗ ਜਾਏ ਪਰ ਤੇ ਇੱਕ ਤਾਂ ਕੁਛ ਹੈ ਹੀ ਨਹੀਂ ਨਾ ਜੀ ਜੀ ਹੁਣ ਤੁਸੀਂ ਬੁਲੇਟ ਨੂੰ ਉਦਾਂ ਹੀ ਕਿਸੇ ਦੇ ਮਾਰੋਗੇ ਤੇ ਵੱਧ ਤੋਂ ਵੱਧ ਨੀਲ ਪਾ ਦੇਗਾ ਪਰ ਜੇ ਬੈਰ ਜਦ ਸਤਿਗੁਰੂ ਮਹਾਰਾਜ ਦਾ ਹੁਕਮ ਹੀ ਨਹੀਂ ਵਰਤਿਆ ਬਾਣੀ ਤੇ ਪੂਰੀ ਹੁਕਮ ਹੈ ਨਾ ਸਤਿਗੁਰੂ ਮਹਾਰਾਜ ਜੇ ਕਹਿੰਦੇ ਨੇ ਮਾਜ ਮਹਲਾ ਪੰਜਵਾਂ ਨੂੰ ਮਾਜ ਦੁਨੀਆ ਦੇ ਹੋਰ ਕਿਸੇ ਗ੍ਰੰਥ 'ਚ ਮਿਲਦਾ ਹੀ ਨਹੀਂ ਠੀਕ ਹੈ ਅੱਛਾ ਇੱਕ ਹੋਰ ਦੱਸੋ ਸਾਹਿਬ ਕਿ ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਸੀ ਜਿਹੜੀਆਂ ਪੁਰਾਤਨ ਰੀਤਾਂ ਨੂੰ ਜਿਹੜੀਆਂ ਉਹਨਾਂ ਨੇ ਉਹ ਨੋਟੇਸ਼ਨਸ ਦੀਆਂ ਕਿਤਾਬਾਂ ਛਾਪੀਆਂ ਹਾਂਜੀ ਉਹਦੇ ਬਾਰੇ ਤੁਹਾਡਾ ਕੀ ਹੈ ਉਹ ਕਿੰਨੀਆਂ ਕੁ ਸੀਰੀਅਸ ਹੈ ਗੰਭੀਰ ਹੈ ਔਰ ਜੈਨੂਇਨ ਹੈ ਦੇਖੋ ਜੀ ਜਿੱਥੇ ਗੁਰੂ ਸਤਿਗੁਰੂ ਨੇ ਲਿਖਣਾ ਸੀ ਉੱਪਰ ਲਿਖ ਦਿੱਤਾ ਟੁੰਡੇ ਅਸ ਰਾਜੇ ਕੀ ਤੁਨੀ ਹਾਂਜੀ ਹਾਂਜੀ
ਮੈਂ ਉਹ ਕਿਤਾਬਾਂ ਦੇ ਵਿੱਚੋਂ ਵੇਖਿਆ ਕੋਈ ਪ੍ਰਭਾਤੀ ਦੇ ਬੇਸਡ ਹੈ ਕੋਈ ਉਹ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਜਿਹੜੀ ਪੁਰਾਤਨ ਕਿਤਾਬਾਂ ਦੀ ਜਿਹੜੀ ਗੱਲ ਕਰ ਰਹੇ ਹਾਂ ਮੈਂ ਇਹਨਾਂ ਦੀ ਗੱਲ ਕਰ ਰਿਹਾ ਮੈਂ ਜਿਹੜੀਆਂ ਪੰਜਾਬੀ ਯੂਨੀਵਰਸਿਟੀ ਨੇ ਸ਼ਾਇਦ ਭਾਈ ਅਵਤਾਰ ਸਿੰਘ ਜੀ ਗੁਰਚਰ ਹਾਂਜੀ ਉਹ ਕਾਫੀ ਪੁਰਾਣਾ ਪ੍ਰੋਗਰਾਮ ਹੈ ਕਾਫੀ ਹਾਂਜੀ ਉਹਦੇ ਚ ਬਹੁਤ ਸਾਰਾ ਖਜ਼ਾਨਾ ਹੈ ਬੜੀ ਪੁਰਾਣੀ ਚੀਜ਼ ਹੈ ਤੇ ਯੂ ਨੋ ਅਟੈਂਸ਼ਨ ਜਿਹੜੀ ਹੈਗੀ ਉਧਰ ਆ ਜਾਂਦੀ ਬਾਬਾ ਜੀ ਜਵਾਲਾ ਸਿੰਘ ਜੀ ਉਹਨਾਂ ਦੇ ਪਿਤਾ ਜੀ ਉਹ ਜਿਹੜਾ ਪ੍ਰਬੰਧ ਚੱਲਦਾ ਆ ਰਿਹਾ ਉਹਦੇ ਵਿੱਚ ਉਹਨਾਂ ਦੀਆਂ ਪਰਿਵਾਰਕ ਉਹਨਾਂ ਨੇ ਬਹੁਤ ਸੇਵਾ ਕੀਤੀ ਭਾਈ ਅਵਤਾਰ ਸਿੰਘ ਜੀ ਬੜੇ ਜੀਵਨ ਵਾਲੇ ਕੀਰਤਨੀ ਹੈ ਬਹੁਤ ਜੀਵਨ ਉਹ ਸਿਰਫ ਕੀਰਤਨੀ ਨਹੀਂ ਸੀ ਉਹ ਇੱਕ ਜੀਵਨ ਵਾਲੇ ਸਿੱਖ ਸੀ ਹਾਂਜੀ ਉਹਨਾਂ ਦੇ ਜੀਵਨ ਦੀ ਝਲਕੀ ਉਹਨਾਂ ਦੇ ਕੀਰਤਨ ਦਰਸ਼ਨ ਕੀਤੇ ਮਿਲੇ ਹਾਂਜੀ ਤੇ ਹੁਣ ਉਹਨਾਂ ਦੇ ਸਾਹਿਬਜ਼ਾਦੇ ਨੇ ਕੁਲਤਾਰ ਸਿੰਘ ਜੀ ਉਹ ਉਹਨਾਂ ਦੀ ਛਵੀ ਨੇ ਉਹ ਵੀ ਜੀਵਨ ਵਾਲੇ ਨੇ ਹਾਂਜੀ ਪਰ ਇਹ ਕਹਿਣਾ ਇਸ ਗੱਲ ਨੂੰ ਕਿਸੇ ਘਰਾਣੇ ਵੱਲੋਂ ਸਕੂਲ ਵੱਲੋਂ ਕਿ ਦਿਸ ਇਜ਼ ਇਟ ਅੱਛਾ ਹਾਂਜੀ ਹੁਣ ਟੁੰਡੇ ਅਸਰਾਜ ਕੀ ਤੁਨੀ ਮਿਰਜ਼ਾ ਸਾਨੂੰ ਚੇਤੇ ਹੈ ਉਸੇ ਟਾਈਮ ਦਾ ਹੀਰ ਸਾਨੂੰ ਚੇਤੇ ਉਸੇ ਟਾਈਮ ਦੀ ਟੁੰਡਾ ਸਰਾਜਾ ਕਿੱਦਾਂ ਗਵਾਚ ਗਿਆ ਹਾਂਜੀ ਸਾਨੂੰ 9 ਦੀਆਂ 9 ਧੁਨੀਆਂ 22 ਦੀਆਂ 22 ਵਾਰਾਂ ਇਹ ਕਿੱਦਾਂ ਗਵਾਚ ਗਈਆਂ ਸਾਡੀਆਂ ਇਹ ਹੋ ਹੀ ਨਹੀਂ ਸਕਦਾ ਕਿ ਇਹ ਚੀਜ਼ਾਂ ਗਵਾਚ ਗਈਆਂ ਹੁਣ ਇਹ ਇੰਨਾ ਜ਼ਰੂਰ ਹੋਇਆ ਕਿ ਅਸੀਂ ਅਵੇਸਲੇ ਹੋ ਕੇ ਸਾਨੂੰ ਨਹੀਂ ਯਾਦ ਤਾਂ ਅਸੀਂ ਕਹਿੰਦੇ ਵੀ ਇਹ ਖਤਮ ਹੈ ਜੀ 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 ਹਾਂਜੀ ਜੇ ਕਿਸੇ ਨੇ ਉਹਦੇ ਤੇ ਕਿਤਾਬ ਨਹੀਂ ਲਿਖੀ ਇੱਕ ਡਾਕਟਰ ਚਰਨ ਸਿੰਘ ਜੀ ਸਨ ਡਾਕਟਰ ਭਾਈ ਵੀਰ ਸਿੰਘ ਹੋਰਾਂ ਦੇ ਪਿਤਾ ਜੀ ਉਹਨਾਂ ਨੇ ਗੁਰਮਤਿ ਸੰਗੀਤ ਪੁਰ ਮਿਲੀ ਅੱਜ ਤੱਕ ਦੀ ਖੋਜ ਉਹਨਾਂ ਡਾਕਟਰ ਖੇਮ ਸਿੰਘ ਜੀ ਉਹਨਾਂ ਤੋਂ ਜਿਹੜੀ ਨੋਟੇਸ਼ਨ ਉਪਲਬਧ ਹੋਈ ਉਹਨਾਂ ਨੇ ਉਹਦੇ ਵਿੱਚ ਲਿਖੀ ਜੀ ਜੀ ਉਹੀ ਸਾਡਾ ਜਿਹੜਾ ਨਿਰਣਾਇਕ ਇੱਕ ਪਿੱਲਰ ਨਹੀਂ ਹੋ ਗਿਆ ਕਿਉਂਕਿ ਉਹ ਪਬਲੀਕੇਸ਼ਨ ਹੈ ਤੇ ਇਹ ਜੀ ਸੱਚ ਹੈ ਹਾਂਜੀ ਸਤਿਗੁਰੂ ਨੇ ਉੱਪਰ ਕੁਛ ਨਹੀਂ ਲਿਖਿਆ ਵੀ ਆਹ ਸੁਰਾਂ ਨੂੰ ਏਦਾਂ ਲਾਉਣਾ ਸੁਰਾਂ ਨੂੰ ਏਦਾਂ ਲਾਉਣਾ ਕਿਉਂਕਿ ਇਹ ਗਾਇਕੀ ਦਾ ਪੱਖ ਹੀ ਨਹੀਂ ਹੈ ਇਹ ਅਧਿਆਤਮ ਦੀ ਉਹ ਜਿਹੜੀ ਖੋਜ ਹੈ ਸਾਨੂੰ ਕਰਨੀ ਵੀ ਆਸਾ ਮੇਰੀ ਜ਼ਿੰਦਗੀ 'ਚ ਕਿੱਥੇ ਹੈ ਮੈਂ ਉਹਨੂੰ ਕਿੱਥੇ ਲਾਗੂ ਕਰਨਾ ਸੁਣਨੇ ਵਿੱਚ ਵੀ ਫਿਰ ਇੱਕ ਦਿਨ ਗਾਉਣੇ 'ਚ ਤਾਂ ਖੁਦ ਬਖੁਦ ਹੋ ਹੀ ਜਾਏਗਾ ਬਿਲਕੁਲ ਜਿਹੜਾ ਟੁੰਡੇ ਅਸਰਾਜੇ ਦਾ ਜ਼ਿਕਰ ਕੀਤਾ ਜਿਹੜਾ ਰਾਜਸਥਾਨ ਦਾ ਜਿਹੜਾ ਕਿੱਸਾ ਸੀ ਔਰ ਉਸ ਯੁਵਰਾਜ ਦਾ ਜਿਹੜਾ ਕਿੱਸਾ ਜਿਹਦੇ ਬਾਪ ਨੇ ਉਹਨੂੰ ਕਰਕੇ ਕਤਲ ਕਰਨ ਦਾ ਹੁਕਮ ਦਿੱਤਾ ਉਹਦੀ ਬਾਂਹ ਵੱਡੀ ਗਈ ਪਰ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਬਿਲਕੁਲ ਹੀ ਗਵਾਚ ਹੀ ਗਿਆ ਜਾਂ ਉਹ ਜਿਹੜਾ ਅਧਾਰ ਬਣਾਇਆ ਕਿਉਂਕਿ ਉਸ ਅਸਰਾਜ ਦਾ ਜਿਹੜਾ ਇਖਲਾਕ ਸੀ ਕਿਰਦਾਰ ਸੀ ਕਰੈਕਟਰ ਸੀ ਤੇ ਉਹ ਉਸਦੇ ਆਧਾਰ ਤੇ ਗੁਰੂ ਸਾਹਿਬ ਨੇ ਉਸਨੂੰ ਸਨਮਾਨ ਦਿੱਤਾ ਔਰ ਉਸਦੇ ਤੇ ਲਾਂਬਾ ਸਾਹਿਬ ਬੜੀ ਪਿਆਰੀ ਚੀਜ਼ ਬੜੀ ਵਧੀਆ ਗੱਲ ਹੈ ਜਿਹੜਾ ਉਦਮ ਜੀ ਅਸਰਾਜੇ ਦੇ ਜੀਵਨ ਦੇ ਵਿੱਚ ਦੇਖਿਆ ਗਿਆ ਜਿਹਨੂੰ ਢਾਡੀ ਗਾਉਂਦੇ ਸੀ ਵੀ ਟੁੰਡਾ ਹੋਣ ਦੇ ਬਾਵਜੂਦ ਵੀ ਉਹ ਆਪਣੇ ਹੱਕ ਲਈ ਲੜਿਆ ਤੇ ਆਪਣਾ ਉਹਨੇ ਜਿਹੜਾ ਹੱਕ ਸੀ ਉਹ ਲਿਆ ਵਾਪਸ ਭਰਾਵਾਂ ਨਾਲ ਲੜਾਈ ਹੋਈ ਉਹਦੀ ਹਾਲਾਂਕਿ ਦੂਸਰੇ ਇੱਕ ਛੋਟੇ ਜਿਹੇ ਪਿੰਡ ਦਾ ਉਹ ਰਾਜਾ ਬਣ ਗਿਆ ਸੀ ਪਰ ਫਿਰ ਵੀ ਉਹ ਆਲਸ ਤਿਆਗ ਕੇ ਲੜਿਆ ਤੇ ਸਤਿਗੁਰੂ ਨੇ ਉਸ ਉਦਮ ਨੂੰ ਆਸਾ ਕੀ ਵਾਰ ਵਿੱਚ ਲਿਆਂਦਾ ਤੇ ਸ਼ੁੱਧ ਰੂਪ ਚ ਸਤਿਗੁਰੂ ਨੇ ਲਿਖਿਆ ਟੁੰਡੇ ਅਸਰਾਜੇ ਕੀ ਧੁਨੀ ਦੇਖੋ ਹੁਣ ਮੈਂ ਆਪਾਂ ਗੱਲ ਛੇੜ ਹੀ ਲਈ ਹੈ ਗੁਰੂ ਰਾਮਦਾਸ ਮਹਾਰਾਜ ਦੇ ਛੰਤ ਕਿੱਥੇ ਲਿਖੇ ਨੇ ਪਹਿਲਾਂ 448 ਅੰਗ ਤੇ ਉਹਨੂੰ ਇੱਕ ਇੱਕ ਕਰੀਦਾ ਤੇ ਫਿਰ ਆਸਾ ਕੀ ਵਾਰ ਦੇ ਉੱਪਰ ਲਾ ਦਈਦਾ ਸਾਨੂੰ ਅਥਾਰਿਟੀ ਕੋਈ ਨਹੀਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੀ ਫਾਈਨਲ ਐਡੀਟਿੰਗ ਕੀਤੀ ਉਹਨੂੰ ਵੀ ਚੇਂਜ ਕਰਨਾ ਸ਼ੁਰੂ ਕਰ ਦਿੱਤਾ ਅੰਡਰ ਦ ਨੇਮ ਆਫ ਟ੍ਰੈਡੀਸ਼ਨ ਉਹ ਪਰੰਪਰਾ ਜੀ ਚੱਲੀ ਆ ਰਹੀ ਇਹੋ ਜਿਹੀ ਕਿਹੜੀ ਪਰੰਪਰਾ ਜਿਹੜੀ ਗੁਰੂ ਦੇ ਨਾਲ ਜਿੱਦਾਂ ਮਤਲਬ ਮੋਢੇ ਨਾਲ ਮੋਢਾ ਘਸਾਉਣਾ ਸ਼ੁਰੂ ਕਰ ਦਿਓ ਇਹੋ ਜਿਹੀ ਕਿਹੜੀ ਪਰੰਪਰਾ ਇਹੋ ਜਿਹੀ ਕਿਹੜੀ ਮਰਿਆਦਾ ਜਿਹੜੀ ਗੁਰੂ ਦੀ ਦਿੱਤੀ ਮਰਿਆਦਾ ਤੋਂ ਉੱਪਰ ਹੋ ਸਕਦੀ ਹੈ ਟੁੰਡੇ ਅਸਰਾਜ ਕੀ ਧੁਨੀ ਬਹੁਤ ਸੌਖੀ ਸੀ ਸਿੰਪਲ ਜੀ ਦੋ ਲਾਈਨਾਂ ਦੀ ਆਪੀ ਨੇ ਆਪ ਸਜਿਓ ਆਪੀ ਨੇ ਰਚਿਓ ਨਾਉ ਰਾਗੀ ਸੋਚਦੇ ਵੀ ਜੇ ਆਹੀ ਅਸੀਂ ਡੇਢ ਘੰਟਾ ਗਾਉਣਾ ਹੈ ਤੇ ਫਿਰ ਸਾਨੂੰ ਕੌਣ ਸੁਣੇਗਾ ਹੁਣ ਆਪਣੀ ਸੁਣਾਉਤ ਲਈ ਉਹਨਾਂ ਨੇ ਸਤਿਗੁਰੂ ਮਹਾਰਾਜ ਦੇ ਹੁਕਮ ਨੂੰ ਜਿਹੜਾ ਆਸਾ ਦਾ ਸੀ ਵੀ ਇਹ ਤਾਂ ਸਿੰਪਲ ਸਿੰਪਲ ਜਿਹਾ ਕੰਮ ਕੌਣ ਸੁਣੇਗਾ ਪਰ ਜਿਹਨੂੰ ਸੁਣਨ ਨਾਲ ਇੱਕ 5 ਫੁੱਟ ਦਾ ਸਿੱਖ ਹਾਥੀ ਨਾਲ ਲੜ ਸਕਦਾ ਹੈ ਜਿਹਨੂੰ ਸੁਣਨ ਨਾਲ ਅੰਦਰ ਜਿਹੜਾ ਅੰਦਰ ਦੇ ਕਪਾਟ ਖੁੱਲ੍ਹ ਸਕਦੇ ਨੇ ਉਹ ਗੁਰੂ ਜਿਹੜਾ ਹੈ ਨਾ ਉਹ ਗੁੰਝਲਦਾਰ ਨਹੀਂ ਰੱਖਦਾ
ਸੋ ਅਸੀਂ ਕੋਸ਼ਿਸ਼ ਇਹ ਕਰੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਦਾਂ ਬਾਣੀ ਲਿਖੀ ਜਿਸ ਤਰੀਕੇ ਨਾਲ ਉਸੇ ਤਰ੍ਹਾਂ ਹੀ ਪੜ੍ਹੀਏ। ਹੋਰ ਕੋਈ ਮਰਿਆਦਾ ਹੀ ਨਹੀਂ ਹੈ, ਹੋਰ ਕੋਈ ਪ੍ਰਬੰਧ ਹੀ ਨਹੀਂ, ਹੋਰ ਕੋਈ ਟ੍ਰੈਡੀਸ਼ਨ ਨਹੀਂ, ਹੋਰ ਕੋਈ ਪਰਿਵਾਰ, ਹੋਰ ਕੋਈ ਸਕੂਲ, ਹੋਰ ਕੋਈ ਇੰਡੀਵਿਜੁਅਲ ਇਹਨੂੰ ਕੁਛ ਨਹੀਂ ਕਰ ਸਕਦਾ ਜਿੱਦਾਂ ਲਿਖਿਆ ਉੱਦਾਂ ਹੀ। ਸਭ ਇੱਕ ਬੜਾ ਗੰਭੀਰ ਜਿਹੜਾ ਤੁਹਾਡੀ ਗੱਲਬਾਤ ਤੋਂ ਜਿਹੜਾ ਆ ਰਿਹਾ, ਜਿਵੇਂ ਰਹਿਰਾਸ ਸਾਹਿਬ ਦੇ ਵਿੱਚ ਵੀ ਹੈਗਾ ਵੱਖ ਵੱਖ ਸ਼ਬਦ ਲੈ ਕੇ ਇਕੱਤਰ ਕਰਕੇ ਜਿਹੜਾ ਸਰੂਪ ਬਣਿਆ, ਜਿਹੜਾ ਵੀ ਪੰਥ ਪੂਰਾ ਪ੍ਰਵਾਨ ਕਰਦਾ ਔਰ ਇਹ ਸਮਝਦਾ ਹੈ ਕਿ ਇਹ ਗੁਰੂ ਸਾਹਿਬ ਦੇ ਵੇਲੇ ਤੋਂ ਹੈ, ਅਨਲੈਸ ਕੋਈ ਉਹਦੇ 'ਤੇ ਦੂਸਰੀ ਗੱਲ ਨਾ ਹੋਏ, ਕਿਉਂਕਿ ਕਈ ਵਾਰ ਇਸਦੇ 'ਤੇ ਕੀਤਾ ਜਾਂਦਾ। ਪਰ ਜਿਹੜਾ ਇਹ ਆਸਾ ਦੀ ਵਾਰ ਦੇ ਕੀਰਤਨ ਦਾ ਸਰੂਪ ਹੈ, ਇਹ ਜਿਹੜਾ ਪ੍ਰਵਾਨਿਤ ਹੈ, ਤੁਸੀਂ ਇਹਦੇ 'ਤੇ ਇੱਕ ਬੜਾ ਗੰਭੀਰ ਮਤਲਬ ਜਿਸ ਤਰ੍ਹਾਂ ਤੁਹਾਡਾ ਇਤਰਾਜ਼ ਹੈਗਾ ਇਸ ਸਰੂਪ ਦੇ ਉੱਤੇ, ਅਤੇ ਤੁਸੀਂ ਫਿਰ ਆਸਾ ਦੀ ਵਾਰ ਦਾ ਗਾਇਨ ਨਹੀਂ ਕਰਦੇ? ਅਸੀਂ ਆਸਾ ਦੀ ਵਾਰ ਦਾ ਕੀਰਤਨ ਕਰੀਦਾ ਹੈ, ਪਰ ਜਿਹੜੀ ਪਰੰਪਰਾ ਜਿਹੜੀ ਚੱਲ ਰਹੀ ਹੈ ਹਰਿਮੰਦਰ ਸਾਹਿਬ ਵਿੱਚ ਜਾਂ ਸਾਰੀ ਜਗ੍ਹਾ, ਤੁਸੀਂ ਇਹਦਾ ਮਤਲਬ ਆਸਾ ਦੀ ਵਾਰ ਦਾ ਉਸ ਰੂਪ ਵਿੱਚ ਕੀਰਤਨ ਨਹੀਂ ਕਰਦੇ? ਭਾਈ ਸਾਹਿਬ ਜੀ, ਸਿੰਪਲ ਜੀ ਗੱਲ ਹੈ, ਆਈ ਫੋਲੋ ਸ੍ਰੀ ਗੁਰੂ ਗ੍ਰੰਥ ਸਾਹਿਬ। ਨਹੀਂ ਨਹੀਂ, ਮੇਰਾ ਮਤਲਬ ਮੈਂ ਉਹਦੇ 'ਤੇ ਇਤਰਾਜ਼ ਨਹੀਂ ਕਰ ਰਿਹਾ ਤੁਹਾਡੇ 'ਤੇ, ਪਰ ਮੇਰਾ ਮਤਲਬ ਹੈਗਾ ਕਿ ਕੱਲ੍ਹ ਨੂੰ ਤੁਸੀਂ ਫਿਰ ਬਤੌਰੇ ਇੱਕ ਰਾਗੀ ਦੇ, ਅਗਰ ਰਾਗੀ ਦੇ, ਅਤੇ ਤੁਸੀਂ ਫਿਰ ਹਰਿਮੰਦਰ ਸਾਹਿਬ ਵੀ ਕੀਰਤਨ ਨਹੀਂ ਕਰੋਗੇ ਜਾਂ ਨਹੀਂ ਕਰ ਸਕੋਗੇ? ਜੀ ਨਹੀਂ ਕਰ ਸਕਾਂਗਾ, ਮੈਨੂੰ ਉਹਦਾ ਕੋਈ ਗਮ ਨਹੀਂ ਹੈ। ਕਿਉਂਕਿ ਇਹ ਜਿਹੜਾ ਸਰੂਪ ਜਿਹੜਾ ਨਾ ਤਾਂ ਇਹ ਸ਼੍ਰੋਮਣੀ ਕਮੇਟੀ ਨੇ ਬਣਾਇਆ, ਕਿਉਂਕਿ ਇਸ ਤੋਂ ਪਹਿਲੇ ਦੀਆਂ ਵੀ ਜਿਹੜੀਆਂ ਸ਼੍ਰੋਮਣੀ ਕਮੇਟੀ ਤੋਂ ਪਹਿਲੇ ਦੇ ਵੀ ਰਿਕਾਰਡ ਮੌਜੂਦ ਹੈਗੇ ਆ, ਜਿਹੜੇ ਈਵਨ ਗ੍ਰਾਮੋਫੋਨ ਦੇ ਵੀ, ਉਹਨਾਂ ਦਾ ਵੀ ਸਰੂਪ ਉਹੀ ਛੰਦਾਂ ਦਾ ਤੇ ਉਹ ਸਾਰਾ ਉਹੀ ਹੈ। ਬਿਲਕੁਲ ਨਹੀਂ ਲਾਮਾ ਸਾਹਿਬ, ਇਹ ਸਾਨੂੰ 1920 ਦੇ ਰਿਕਾਰਡ ਹੈ। ਹਾਂਜੀ, ਉਹ 1920 ਦੇ ਹੈਗੇ ਆ, ਇਹ ਤੇ ਇਹਨਾਂ ਦਾ ਤੇ ਬਾਅਦ ਚ ਬਣੀ ਹੈ, SGPC ਵੀ ਬਾਅਦ ਚ ਬਣੀ ਆ, ਉਹਨਾਂ ਨੇ ਜਿਹੜੀ ਰਹਿਤ ਮਰਿਆਦਾ ਵੀ 1945 ਚ ਫਾਈਨਲਾਈਜ਼ ਕੀਤੀ ਹੈ। ਖੈਰ ਲਾਮਾ ਸਾਹਿਬ, ਦੇਖੋ ਹੁਣ ਸਾਰਾ ਸਮਾਜ ਜੀ ਇੱਕ ਤਰੀਕੇ ਨਾਲ ਕੰਮ ਕਰਦਾ ਜੀ। ਮੇਰਾ ਸਰੋਤ ਜਿਹੜਾ ਮੈਂ ਤੇ ਸਿੱਖ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਿੰਪਲ ਜੀ ਗੱਲ, ਮੇਰੇ ਲਈ ਸਾਰੀ ਅਧਿਆਤਮਕ ਵਿਧਾਨ ਜਿਹੜਾ ਹੈ ਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ ਹੋਇਆ। ਜਿੱਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਖਿਆ, ਜੇ ਤਾਂ ਉਹ ਗਲਤ ਲਿਖਿਆ ਜੀ,